अधिकारियों प्रतिनिधिमंडल, स्कॉलर्स, विद्यार्थियों, वाहेगुरु जी का खालसा। मेरे पेपर का विषय है शेख अहमद सिरहंदी दा वहतुल शुरू। बैकग्राउंड जड़ी है सीने बंदा के इन्होंने मुजद्दद लखब इन्होंने इस्लामिक कम्युनिटी वालों नसीब है, एक्सपीरियंसिंग वालों नसीब है। इस करके अल्फसानी का लखब इन्होंने मिलया है, शेख सिरहंदी मुजद्दद अल्फसानी का लखब है। तो मतलब है कि प्रॉफिट की रेवल्यूशन तो बाद जो पहला हजार साल खत्म होया उस तो उसे तो बाद इस्लाम नो दोबारा रिवाइव करने वाली पर्सनैलिटी जी है वो इन्होंने लगभग तो सारी समुची इस्लामिक कम्युनिटी वालों लग। पर सिख हिस्ट्री जब पंजाब की चेतना दे विच खास करके 47 तो बाद जो साढ़े च इस्लामिक कल्चर की जिहड़ी कंट्रीब्यूशन ज़रा रूप दे विच वह गैर हाजिर है पूर्वी पंजाब दे विच, तां इस परसनैलिटी के बारे कुछ सिखां दे अपने एटीट्यूड इस तरह के है कि वह एक अद्धा नुकता लैके उहदे दुआले ही उस परसनैलिटी नूं कोई राय बना के वो कर लेंगे है। उन्होंने बारे जो गुरु अर्जन साहब की शहादत उन्होंने रोल उन बारे जो साची साखी फुटनोट आता है तो साची साखी के फुटनोट ही पढ़े गया, वह थीसिस नहीं अजे पढ़े गया। वो उन्होंने परसनैलिटी को उस तरह से कंडीशन कर दिता, उन्होंने बाकी आस्पैक्ट जोड़े आई देखे भी कि उन्होंने जो पोलिटिकल विजन है वह कितों जाग रहा, क्यों इस तरह होया, वो जो पिछला स्ट्रक्चर है पिछे एक वड्डा क्राइसिस चलता पिया है। तो क्राइसिस शेख अहमद सिरहंदी एक बहुत इंटेलिजेंट एक स्टूडेंट सी, उन्होंने छोटी उम्र के विच ही कुरान शरीफ हिफ्ज कर लिया सी ते तकरीबन 17 साल की उम्र तक ही उन्होंने जिहड़ी सियालकोट के विच जिहड़ियां इस्लामिक साइंसिस सी इन सारियां दे उत्ते मास्टरी कर ली सी। ते आगरे दे विच जिहड़ा अकबर के दरबार के नाल जुड़े हुए स्कॉलरस ते हिस्टोरियन सी सदा दिता गया सीगा। ते इन्होंने उत्थे जिहड़ी कुरान दीआं इंटरप्रिटेशन्स चल रही सी उहदे च एक इंटरप्रिटेशन इस तरह भी चल रही सी कि उहनूं इस्लाम दे विच क्योंकि सरगुणता नहीं है, इस करके इस्लाम सरगुणता पैदा करन लई बहुत कुछ करदा, उहदे च उहदा आर्किटेक्चर, उहदी कैलीग्राफी, उहदी सरगुणता पैदा करन दे रूप आ। जिहदे च नुक्ते वाला अखर ना आवे, इंजी उससे जिहड़ी व्याख्या हो रही सी कि उहदे च नुक्ते वाला अखर नहीं सी आना चाहिए। बैकग्राउंड दसन की कोशिश कर रहा
ਜਿਹੜਾ ਦੀਨੇ ਇਲਾਹੀ ਪੈਦਾ ਕੀਤਾ ਜਾ ਰਿਹਾ ਸੀ ਜਿਹਦੇ ਵਿੱਚ ਮੁਹੰਮਦ ਸਾਹਿਬ ਦੀ ਨਬੂਵਤ ਜਿਹੜੀ ਆ ਉਹਨਾਂ ਦਾ ਨਬੀ ਹੋਣਾ ਜਿਹੜਾ ਆ ਉਹਦੇ ਉੱਤੇ ਕਿੰਤੂ ਦਾ ਮਾਹੌਲ ਪੈਦਾ ਹੋ ਰਿਹਾ ਸੀ ਤੇ ਨਬੂਵਤ ਜਿਹੜੀ ਆ ਇਹ ਜਿਹੜਾ ਸੂਫੀ ਐਕਸਪੀਰੀਅੰਸ ਪਿੱਛੇ ਚੱਲ ਰਿਹਾ ਸੀ ਉਹ ਵੀ ਇਹਦੇ ਵਿੱਚ ਕੰਟਰੀਬਿਊਟ ਕਰ ਰਿਹਾ ਸੀ ਇਸ ਗੱਲ ਚ ਕਿ ਉਹਨਾਂ ਦੇ ਵੱਲੋਂ ਇਹ ਗੱਲ ਵਹਿਦਤੁਲ ਵਜੂਦ ਵੱਲੋਂ ਸ਼ੇਖ ਇਬਨ ਅਰਬੀ ਵੱਲੋਂ ਜਿਹੜੇ ਸਿਧਾਂਤ ਦਿੱਤੇ ਗਏ ਸੀ ਉਹਨਾਂ ਨੇ ਇਹ ਫਰਕ ਕਰ ਦਿੱਤਾ ਸੀ ਉਹਨੇ ਕਿਤਾਬ ਇੱਕ ਸੀਲ ਆਫ ਦਾ ਸੇਂਟਸ ਮੁਹੰਮਦ ਸੀਲ ਆਫ ਦਾ ਪ੍ਰੋਫਿਟ ਆ ਪਰ ਇਬਨ ਅਰਬੀ ਨੇ ਸੀਲ ਆਫ ਦਾ ਸੇਂਟਸ ਪੈਦਾ ਕੀਤੀ ਜਿਹਦੇ ਚ ਵਲਾਇਆ ਤੇ ਨਬੂਵਤ ਵਲਾਇਆ ਜਿਹੜੀ ਮਿਸਟੀਕਲ ਫਲਾਈਟ ਆ ਨਬੂਵਤ ਜਿਹੜੀ ਨਬੀ ਦਾ ਕੌਮ ਤੇ ਹਿਸਟਰੀ ਦੇ ਵਿੱਚ ਇੱਕ ਫਿਜ਼ੀਕਲ ਸਟਰਕਚਰ ਪੈਦਾ ਕਰਨ ਦਾ ਪ੍ਰਸਾਰ ਆ ਇਹਦਾ ਫਰਕ ਕਰ ਦਿੱਤਾ ਗਿਆ ਸੀ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਨਬੀ ਦੀ ਵਲਾਇਤ ਭਾਵੇਂ ਦੀ ਹਾਇਰ ਫਲਾਈਟ ਉਹਦੀ ਨਬੂਵਤ ਨਾਲੋਂ ਵੱਡੀ ਹੈ ਇੱਕ ਪਾਰ ਪੈਦਾ ਕਰ ਦਿੱਤਾ ਗਿਆ ਸੀਗਾ ਤੇ ਇਹ ਵੀ ਇੱਕ ਵੱਡਾ ਰੋਲ ਅਦਾ ਕਰਦਾ ਪਿਆ ਸੀ ਜਿਹੜਾ ਆਗਰੇ ਦੇ ਵਿੱਚ ਦੀਨੇ ਇਲਾਹੀ ਦੀ ਫਾਰਮੇਸ਼ਨ ਹੋ ਰਹੀ ਸੀ ਹੁਣ ਟਾਈਮ ਨਹੀਂ ਹੈਗਾ ਨਹੀਂ ਤੇ ਉਹ ਟੜੀ ਫੁੱਲਣ ਵਾਲੀ ਕਿਉਂਕਿ ਉਹ ਇਰਾਨ ਦੀ ਸਪਿਰਿਟ ਜਿਹੜੀ ਹੈ ਉਹਦੇ ਚ ਉਹ ਵੀ ਕੰਟਰੀਬਿਊਟ ਕਰ ਰਹੀ ਸੀ ਇਸ ਕਰਕੇ ਸਾਨੂੰ ਇਹ ਬੜਾ ਜ਼ਰੂਰੀ ਹੈ ਕਿ ਸਮਝਣਾ ਕਿ ਜਿਹੜਾ ਦੀਨੇ ਇਲਾਹੀ ਨੂੰ ਸਮਝਣਾ ਬੇਹੱਦ ਜ਼ਰੂਰੀ ਉਹ ਹੈ ਫਿਰ ਸਿੱਖ ਰਿਲੇਸ਼ਨ ਵੀ ਕੀ ਬਣਦਾ ਉਹ ਵੀ ਅੱਗੇ ਇਹ ਪ੍ਰਸਾਰ ਜਿਹੜੇ ਆ ਉਹ ਸਮਝੇ ਜਾ ਸਕਦੇ ਇਸ ਕਰਕੇ ਜਦੋਂ ਉਹਦੇ ਚ ਇੱਕ ਇਨੋਸੈਂਟ ਇੰਟੈਲੀਜੈਂਟ ਚਾਈਲਡ ਜਿਹੜਾ ਇਸਲਾਮ ਦਾ ਉਹ ਉਸ ਐਕਸਪੀਰੀਅੰਸ ਚੋਂ ਲੰਘ ਰਿਹਾ ਸੀ ਤਾਂ ਉਹਦੇ ਪਰਿਵਾਰ ਦੇ ਵਿੱਚ ਵੀ ਉਹਦੇ ਫਾਦਰ ਜਿਹੜੇ ਸੀ ਉਹ ਵੀ ਮਿਸਟਿਕ ਸੀਗੇ ਤੇ ਉਹ ਵੀ ਸ਼ੇਖ ਇਬਨ ਅਰਬੀ ਦੀ ਟ੍ਰੈਡੀਸ਼ਨ ਨੂੰ ਬਿਲੋਂਗ ਕਰਦੇ ਸੀ ਪਰ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇੱਕ ਸਾਇਲੈਂਟ ਜਿਹਾ ਇਹ ਖਿਆਲ ਸੀ ਕਿ ਜਿਹੜੀ ਹੈ ਨਬੂਵਤ ਆ ਇਹਦੇ ਤੇ ਅਟੈਕ ਨਹੀਂ ਹੋਣਾ ਚਾਹੀਦਾ ਇਹ ਉਹਨਾਂ ਦੇ ਫਾਦਰ ਦੇ ਅੰਦਰ ਸੀ ਭਾਵੇਂ ਕਿ ਉਹ ਝੁਕੇ ਜਿਹੜੇ ਸੀਗੇ ਉਹ ਵਹਿਦਤੁਲ ਵਜੂਦ ਨੂੰ ਸੀ ਜਿਹੜਾ ਇਬਨ ਅਰਬੀ ਦਾ ਸਿਧਾਂਤ ਆ ਇਸ ਕਰਕੇ ਮੈਂ ਜਿਹੜੇ ਕਹਿਣਾ ਚਾਹੁੰਦਾ ਕਿ ਕੋਈ ਵੀ ਜਿਹੜੀ ਜੀਨੀਅਸ ਪਰਸਨੈਲਿਟੀ ਹੈ ਉਹਦੀ ਇੰਟੈਂਸਿਟੀ ਜਿਹੜੀ ਹੈ ਉਹਦਾ ਆਪਣੀਆਂ ਚੀਜ਼ਾਂ ਨੂੰ ਸਮਰਪਣ ਜਿਹੜਾ ਆ ਉਹ ਸਮਰਪਣ ਦੇ ਵਿੱਚੋਂ ਇੱਕ ਕੋਸਮੋਸ ਕ੍ਰੀਏਟ ਕਰਦੀ ਆ ਤੇ ਫਿਜ਼ੀਕਲ ਲਾਈਫ ਦੇ ਵਿੱਚ ਉਹਦੀ ਆਪਣੇ ਮੈਂਟਲ ਸਟਰਕਚਰਸ ਨੂੰ ਲਗਾਉਂਦੀ ਹੋਈ ਕੋਈ ਆਪਣਾ ਨਵਾਂ ਸਟਰਕਚਰ ਬਣਾਉਂਦੀ ਹੈ ਸ਼ੇਖ ਸਰਹੰਦੀ ਦੇ ਇਨੋਸੈਂਸ ਦੇ ਉੱਤੇ ਮੁਹੰਮਦ ਦੀ ਸ਼ਰ੍ਹਾਂ ਦੇ ਟੁੱਟ ਜਾਣ ਦਾ ਭੈ ਜਿਹੜਾ ਆ ਉਹਦੇ ਵਿੱਚੋਂ ਦੀ ਉਹਦਾ ਸਾਰਾ ਸਟਰਕਚਰ ਨਿਕਲਿਆ ਹੈ ਤੇ ਇਹਦੇ ਵਿੱਚੋਂ ਮੈਂ ਨਹੀਂ ਕਿ ਉਹ ਅੱਗੇ ਜਾ ਕੇ ਆਪਾਂ ਦੇਖਾਂਗੇ ਇਹਦੇ ਚ ਪ੍ਰੋਬਲਮਸ ਵੀ ਪੈਦਾ ਹੋ ਜਾਂਦੀਆਂ ਇਹ ਬੰਦੇ ਦੀ ਜਿਹੜੀ ਪ੍ਰੇਅਰ ਆ ਉਹਨੂੰ ਇਕੱਲਾ ਤੁਸੀਂ ਜਦੋਂ ਉਹਨੂੰ ਐਕਸਪੀਰੀਐਂਸ਼ੀਅਲ ਫਿਲਾਸਫੀ ਦੇ ਨੁਕਤੇ ਤੋਂ ਦੇਖਣਾ ਚਾਹੀਦਾ ਆ ਉਹਨੂੰ ਇੱਕ ਐਕਸਪੀਰੀਅੰਸ ਦੀ ਪ੍ਰੇਅਰ ਤੇ ਰਿਲੇਸ਼ਨ ਤੇ ਡਿਵੋਸ਼ਨ ਤੋਂ ਬਗੈਰ ਜਿਹੜੇ ਐਨਾਲਿਟੀਕਲ ਸਟਰਕਚਰਸ ਆ ਉਹਨਾਂ ਦੇ ਵਿੱਚ ਜਦੋਂ ਅਸੀਂ ਬੰਨ ਕੇ ਦੇਖਦੇ ਹਾਂ ਤਾਂ ਅਸੀਂ ਉਹਦੇ ਨਾਲ ਬਿਆਨ ਨਹੀਂ ਕਰ ਰਹੇ ਹੁੰਦੇ ਉਹ ਸਿੰਪਥੈਟਿਕ ਐਨਾਲਿਸਿਸ ਨਹੀਂ ਹੁੰਦਾ ਇਸ ਕਰਕੇ ਜਿਹੜੀ ਸ਼ੇਖ ਅਹਿਮਦ ਸਰਹੰਦੀ ਆ ਉਹਦੀਆਂ ਜਿਹੜੀਆਂ ਪਰਵਰਸ਼ਨਸ ਵੀ ਜੇ ਕੋਈ ਉਹਦੇ ਵਿੱਚ ਹੈਗੀਆਂ ਤਾਂ ਉਹਦੇ ਪਿੱਛੇ ਉਹਦੀ ਕੋਈ ਵੱਡੀ ਸਿੰਸੈਰਿਟੀ ਦੇ ਵਿੱਚ ਉਹਦੀ ਕੋਈ ਪ੍ਰੋਬਲਮਸ ਪੈਦਾ ਹੋ ਰਹੀਆਂ ਤੇ ਇਹ ਪ੍ਰੋਬਲਮਸ ਫਿਰ ਸ਼ੇਖ ਸਰਹੰਦੀ ਦੀਆਂ ਨਹੀਂ ਹਨ ਜਿਹੜੀਆਂ ਜੀਨੀਅਸ ਦੀਆਂ ਪ੍ਰੋਬਲਮਸ ਹਨ ਉਹ ਸਾਰੀ ਸੋਸਾਇਟੀ ਦੀਆਂ ਪ੍ਰੋਬਲਮਸ ਹਨ ਇਸ ਕਰਕੇ ਉਹਦੀ ਸਿੰਸੈਰਿਟੀ ਜਿਹੜਾ ਕਲਚਰਲ ਬੈਂਡ ਉਹਦੀ ਸਿੰਸੈਰਿਟੀ ਜੀਨੀਅਸ ਚ ਨਹੀਂ ਹੁੰਦੀ ਜਿਹਦੀ ਜੀਨੀਅਸ ਇਕੱਲਾ ਹੀ ਟ੍ਰੇਨ ਸਹਿੰਦਾ ਹੋ ਸਕਦਾ ਕਿ ਸਮੁੱਚਾ ਜਿਹੜਾ ਕਲਚਰਲ ਬੈਂਡ ਦਾ ਇਕੱਠਾ ਉਹ ਨਾ ਸਹਿੰਦਾ ਹੋਵੇ ਇਧਰ ਸ਼ੇਖ ਅਹਿਮਦ ਸਰਹੰਦੀ ਦੀ ਬੈਕਗ੍ਰਾਉਂਡ ਦੇ ਵਿੱਚ ਉਹਦੀ ਵਹਿਦਤੁਲ ਵਜੂਦ ਨੂੰ ਵੀ ਡਿਵੋਸ਼ਨ ਆਪਣੇ ਫਾਦਰ ਦੀ ਟ੍ਰੈਡੀਸ਼ਨ ਕਰਕੇ ਪਰ ਕਿਉਂਕਿ ਉਹ ਮੁਹੰਮਦ ਨੂੰ ਸਮਰਪਿਤ ਆ ਉਹ ਕੁਰਾਨ ਨੂੰ ਸਮਰਪਿਤ ਆ ਤੇ ਉਹ ਇਸਲਾਮਿਕ ਟ੍ਰੈਡੀਸ਼ਨ ਨੂੰ ਸਮਰਪਿਤ ਆ ਜਿਹਨੂੰ ਫਿਕਾ ਰਿਪ੍ਰੈਜੈਂਟ ਕਰਦੀ ਆ ਉਹਦਾ ਅੰਦਰ ਉਹਦੇ ਇੱਕ ਕਲੈਸ਼ ਚੱਲਦਾ ਆ ਤੇ ਉਹ ਆਗਰੇ ਦੇ ਵਿੱਚ ਰਹਿੰਦਾ ਇੱਕ ਜ਼ਹੀਨ ਜਿਹੜਾ ਬੱਚਾ ਆ ਉਹ ਐਬਨੋਰਮਲ ਹੋਣ ਦੀ ਹੱਦ ਤੱਕ ਚਲੇ ਗਿਆ ਤੇ ਉੱਥੇ ਬਿਮਾਰ ਰਹਿਣ ਲੱਗ ਪਿਆ ਫਿਰ ਉਹਦੇ ਪਿਤਾ ਨੂੰ ਸੱਦਾ ਦਿੱਤਾ ਗਿਆ ਤੇ ਉਹਦੇ ਪਿਤਾ ਉਹਨੂੰ ਉੱਥੋਂ ਵਾਪਸ ਲੈ ਕੇ ਆਏ ਭਾਵ ਕਿ ਉਹਦੀ ਡਿਵੋਸ਼ਨ ਦੇ ਇਹਦਾ ਮਤਲਬ ਜਿਵੇਂ ਕੌਮਾਂ ਦੇ ਅੰਦਰ ਜਿਹੜੇ ਉਤਰਾਅ ਚੜਾਅ ਚੱਲਦੇ ਆ ਉਹਦੀਆਂ ਡਿਵ
ਵਰਸ਼ਨਸ ਆਪਣੇ ਹੀ ਕੌਮ ਦੇ ਸਿਨਸੀਅਰ ਜਿਹੜੇ ਬੱਚੇ ਜਿਹਨਾਂ 'ਚ ਜੀਨੀਅਸ ਦੇ ਐਸਪੈਕਟ ਆ ਉਹਨਾਂ ਨੂੰ ਤਬਾਹ ਕਰ ਰਹੀਆਂ ਹੁੰਦੀਆਂ। ਇਹ ਨੁਕਤਾ ਇਹਦੇ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹਨਾਂ ਦੇ ਜੀਵਨ ਦੇ ਵਿੱਚ। ਤੇ ਉਹਨਾਂ ਨੇ ਫਿਰ ਉੱਥੋਂ ਦੀ ਵਾਪਸ ਆ ਕੇ ਉਹਨਾਂ ਦੇ ਪਿਤਾ ਦਾ ਸਕੂਲ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਵੱਡੇ ਮਿਸਟਿਕ ਟੈਕਸਟ ਸੀਗੇ ਉਹ ਜਿਹਦੇ ਵਿੱਚ ਖਸੂਸਲ ਹਿਕਮ ਜਿਹੜੀ ਕਿ ਆਪਣੇ ਉਹਨਾਂ ਅਰਬੀ ਸਾਹਿਬ ਦਾ ਵੱਡੀ ਕਿਤਾਬ ਆ ਜਿਹਦੇ 'ਚ 27 ਪ੍ਰੋਫਿਟਸ ਬਾਰੇ ਚੈਪਟਰ ਆ ਉਹ ਉਹਨਾਂ ਨੇ ਪੜ੍ਹਾਉਣੀ ਸ਼ੁਰੂ ਕੀਤੀ। ਹਾਲਾਂਕਿ ਉਹ ਮਤਲਬ ਕਿ ਖਸੂਸਲ ਹਿਕਮ ਦੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਕਮੈਂਟ ਕੀਤਾ ਉਹੀ ਉਹਨਾਂ ਦੀ ਫਿਲੋਸਫੀ ਦਾ ਆਧਾਰ ਆ, ਬੇਸਿਕ ਆਧਾਰ ਜਿਹੜਾ ਆ। ਇੰਜ ਜਿਹੜਾ ਵਹਿਤਲ ਵਜੂਦ ਦੇ ਪੈਦਾ ਹੋਣ ਤੋਂ ਬਾਅਦ ਜਿਹੜੇ ਚਾਰ ਬੰਦੇ ਇਸਲਾਮ ਦੇ ਵਿੱਚ ਵੱਡੇ ਹੋਏ ਆ, ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਕਿੱਡਾ ਵੱਡਾ ਇੱਕ ਮਾਈਂਡ ਪੈਦਾ ਹੋਇਆ। ਸਾਰੇ ਇਸਲਾਮਿਕ ਵਰਲਡ ਦੇ ਵਿੱਚ ਚਾਰ ਜਿਹੜੀਆਂ ਪ੍ਰੋਮੀਨੈਂਟ ਫਿਗਰਸ ਆ ਉਹਨਾਂ ਦੇ ਵਿੱਚ ਇਬਨੇ ਤੈਮੀਆ ਸਭ ਤੋਂ ਪਹਿਲੇ ਆ ਜਿਹਨਾਂ ਨੇ ਵਹਿਤਲ ਵਜੂਦ ਦਾ, ਵਹਿਤਲ ਵਜੂਦ ਮੈਂ ਜਿਹੜਾ ਤੁਹਾਨੂੰ ਸੰਖੇਪ 'ਚ ਦੱਸ ਕੇ ਹਟਿਆ ਕਿ ਜਿਹੜਾ ਪਰਮਾਤਮਾ ਦੇ ਵਿੱਚ ਹਲੂਲੀਅਤ ਨੂੰ ਹਲੂਲ ਹੋ ਜਾਣ ਦੀ ਦਿਸ਼ਾ ਨੂੰ ਤੇ ਸਾਰੇ ਵਜੂਦ ਨੂੰ ਜਿਹੜਾ ਆ ਉਹ ਰੱਬੀ ਵਜੂਦ ਹੀ ਮੰਨਦਾ ਆ, ਇਹ ਇਹ ਸਿਧਾਂਤ ਆ ਹਲੂਲੀਅਤ ਦਾ। ਪਰ ਇਸਲਾਮ ਦੀ ਸ਼ਿਰਾ ਜਿਹੜੀ ਆ ਉਹ ਕੋਈ ਵੀ ਪ੍ਰੋਫੈਟਿਕ ਜਿਹੜੀ ਡਿਮੈਂਸ਼ਨ ਆ ਉਹਦੇ 'ਚ ਇੱਕ ਅਥੈਂਟਿਕ ਡੁਐਲਿਟੀ ਚਾਹੀਦੀ ਹੈ, ਨਹੀਂ ਤਾਂ ਸ਼ਰ੍ਹਾਂ ਨਹੀਂ ਪੈਦਾ ਹੋ ਸਕਦੀ। ਇਸ ਵਿੱਚ ਮੈਂ ਇੱਕ ਐਗਜ਼ਾਮਪਲ ਦੇਣੀ ਹੋਵੇ, ਜਿਵੇਂ ਸਾਨੂੰ ਦਸਵਾਂ ਗ੍ਰੰਥ ਨਹੀਂ ਸਮਝ ਆਉਂਦਾ ਉਹ ਇਸੇ ਕਰਕੇ ਨਹੀਂ ਸਮਝ ਆਉਂਦਾ ਕਿਉਂਕਿ ਅਸੀਂ ਹਲੂਲੀਅਤ ਨੂੰ ਇਹੀ ਮਕਸਦ ਮੰਨਿਆ ਹੋਇਆ ਕਿ ਬੰਦੇ ਨੇ ਉਹਦੇ ਵਿੱਚ ਮਰਜ ਹੋ ਜਾਣਾ ਆ। ਇਹ ਇੱਕ ਅਕੈਰੀ ਡਿਮੈਂਸ਼ਨ ਆ ਸਪਿਰਚੁਅਲ ਜਰਨੀ ਦੀ। ਉਹਦੇ ਤੋਂ ਬਾਅਦ ਜਿਹੜੀ ਇੱਕ ਅਥੈਂਟਿਕ ਡੁਐਲਿਟੀ ਪੈਦਾ ਹੁੰਦੀ ਹੈ ਜਿਹਦੇ ਵਿੱਚੋਂ ਦੀ ਟਾਈਮ, ਜਿਵੇਂ ਪੈਸਾ ਵੀ ਦੱਸ ਰਹੇ ਸੀਗੇ ਕਿ ਜਿਹੜੀਆਂ ਡਾਰਕ ਡਿਮੈਂਸ਼ਨਸ ਆ ਉਹਨਾਂ ਨੇ ਵੀ ਆਪਣਾ ਸਪੇਸ ਲੈਣਾ ਹੁੰਦਾ। ਬੰਦੇ ਨੇ ਉਹਦੇ ਉਤਰਾਅ ਚੜਾਅ ਦੇ ਵਿੱਚ ਵੀ ਇੱਕ ਜਿਵੇਂ ਪ੍ਰੋਫਿਟ ਨੇ ਮੈਨ ਦੀ ਲਿਮਿਟੇਸ਼ਨ ਧਾਰੀ ਹੁੰਦੀ ਹੈ, ਤੁਸੀਂ ਇੰਜ ਸਮਝੋ। ਐਵੇਂ ਜਿਹੜੀ ਹਾਇਰ ਫਲਾਈਟ ਆ ਉਹ ਮੈਨ ਦੀ ਲਿਮਿਟੇਸ਼ਨ ਚ ਦੁਬਾਰਾ ਆਉਂਦੀ ਹੈ, ਉਹਦਾ ਸੈਕਿੰਡ ਬਰਥ ਹੁੰਦਾ ਆ ਤੇ ਉਹ ਫਿਰ ਧਰਤੀ ਦੇ ਅਧੂਰੇ ਪਾਣ ਨੂੰ ਨਾਲ ਲੈ ਕੇ ਉਹਦੇ ਚ ਪਰਫੈਕਸ਼ਨ ਦੇ ਰੰਗ ਦਿੰਦੀ ਹੈ। ਇਸ ਕਰਕੇ ਪਰਫੈਕਸ਼ਨ ਤੇ ਕਾਲ ਦਾ ਅਧੂਰਾਪਣ ਇਹ ਗੁਰਮੁਖ ਦੇਹ ਦੇ ਵਿੱਚ ਇਕੱਠੇ ਚੱਲਦੇ ਆ ਤੇ ਉਹਦੇ ਵਿੱਚੋਂ ਦੀ ਸਟਰਕਚਰ ਪੈਦਾ ਹੁੰਦੇ ਆ। ਜੇ ਇਹ ਦੂਰਾਪਣ ਨਾ ਚੱਲੇ ਤੇ ਫਿਰ ਸਾਰੀਆਂ ਕੌਮਾਂ ਦੇ ਵਿੱਚ ਹਲੂਲੀਅਤ ਤੇ ਨਬੂਵਤ ਇਹਦਾ ਟਕਰਾਅ ਹੀ ਪੈਦਾ ਹੋਵੇਗਾ ਤੇ ਉਹਦੇ ਚੋਂ ਮਿਸਟਿਕ ਟ੍ਰੈਡੀਸ਼ਨਸ ਜਿਹੜੀਆਂ ਉਹ ਜਨਮ ਲੈ ਰਹਿੰਦੀਆਂ। ਸਾਡੇ ਵੀ ਇੱਥੇ ਸੰਤ ਮੰਤ ਵਰਗੀਆਂ ਕਈ ਚੀਜ਼ਾਂ ਉਹ ਜਨਮ ਲੈ ਰਹੀਆਂ ਤੇ ਜਿਹੜੀ ਤੇ ਦੂਜਾ ਪਾਸਾ ਇਹਦਾ ਇਹ ਹੁੰਦਾ ਕਿ ਜਿਹੜੀ ਨਬੂਵਤ ਵਾਲੀ ਸਾਈਡ ਆ, ਮਰਿਆਦਾ ਵਾਲੀ ਸਾਈਡ ਆ, ਉਹ ਸਿਰਫ ਇੱਕ ਆਈਡੈਂਟੀ ਬਣ ਕੇ ਰਹਿ ਜਾਂਦੀ ਹੈ। ਤੇ ਆਈਡੈਂਟੀ ਇੱਕ ਹਿਸਟੋਰੀਕਲ ਤੇ ਸੋਸ਼ਲ ਕਲਚਰਲ ਆਸਪੈਕਟ ਆ, ਇਹਦੀ ਡਿਵਿਨਿਟੀ ਨਾਲ ਇਹ ਕਨੈਕਸ਼ਨ ਨਹੀਂ ਰਹਿੰਦਾ। ਇਸ ਕਰਕੇ ਜੇ ਪ੍ਰੋਫਿਟ ਦੀ ਬਾਡੀ ਨੂੰ ਸਾਲਵ ਰੱਖਣਾ ਆਪਣੀ ਚੇਤਨਾ ਦੇ ਵਿੱਚ ਤਾਂ ਇਹ ਜਿਹੜਾ ਇਹ ਡਿਊਲ ਆਸਪੈਕਟ ਆ ਇਹ ਸਾਨੂੰ ਇਕੱਠਾ ਜੀਣਾ ਆਉਣਾ ਚਾਹੀਦਾ ਆ, ਜਿਹਦੇ ਵਿੱਚ ਉਹਦੇ 'ਚ ਮਰਜ ਵੀ ਹੋਣਾ ਪਰਮਾਤਮਾ 'ਚ ਜੋਤ ਨੇ, ਪਰ ਉਹਦੇ ਤੋਂ ਬਾਅਦ ਉਹਦਾ ਡਿਊਲ ਨਿਯਮ ਉਹਨੂੰ ਸਧਾਰਨ ਮਨੁੱਖ ਵਾਂਗੂ ਧਰਤੀ ਤੇ ਦੁਬਾਰਾ ਸ਼ੁਰੂ ਕਰਦਾ। ਇਸ ਕਰਕੇ ਪਹਿਲਾਂ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ, ਇਹਦੇ ਵਿੱਚ ਇਹ ਰਾਜ ਛੁਪਿਆ ਹੋਇਆ। ਪਹਿਲਾਂ ਪਰਫੈਕਸ਼ਨ ਪਾਈ, ਪਰਫੈਕਸ਼ਨ ਪਾ ਲੈਣ ਤੋਂ ਬਾਅਦ ਦੁਬਾਰਾ ਜਰਨੀ ਸ਼ੁਰੂ ਕੀਤੀ। ਇਹ ਗੱਲ ਸਮਝਣੀ ਬੇਹੱਦ ਜ਼ਰੂਰੀ ਹੈ। ਮੈਂ ਸਾਰਾ ਪੇਪਰ ਨਹੀਂ ਪੜ੍ਹਨਾ, ਮੈਂ ਤੈਨੂੰ ਉਹਦੇ ਇੰਪੋਰਟੈਂਟ ਆਸਪੈਕਟ, ਕਿਉਂਕਿ ਅਸੀਂ ਪੁਨਰ ਸਮੀਖਿਆ ਵੀ ਨਾਲ ਕਰ ਰਹੇ ਹਾਂ, ਮੈਂ ਇਹਦੇ ਤੁਹਾਨੂੰ ਦੱਸਣਾ ਕਿ ਉਹਨੇ ਇਬਨ ਅਰਬੀ ਨੂੰ ਕਿਸ ਤਰ੍ਹਾਂ ਤੋੜਿਆ, ਜਾਂ ਕਿ ਉਹ ਵੀ ਨੁਕਤੇ ਥੋੜੇ ਜਿਹੇ ਮੈਂ ਲਿਖੇ ਆ। ਇਸ ਕਰਕੇ ਇਹ ਬੇਹੱਦ ਜ਼ਰੂਰੀ ਹੈ ਕਿ ਇਹ ਡੂਅਲ ਆਸਪੈਕਟ ਜਿਹੜਾ ਇਹ ਸਮਝਿਆ ਜਾਵੇ। ਇੱਕ ਨੁਕਤਾ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹੁੰਦਾ ਕਿ ਹਰ ਇੱਕ ਸਪਿਰਚੁਅਲ ਐਕਸਪੀਰੀਅੰਸ ਨੂੰ ਜਾਂ ਹਰ ਇੱਕ ਕੀ ਕਹੀਏ ਇਹਨੂੰ, ਜਿਹਨਾਂ ਨੂੰ ਰੈਵੀਲੇਸ਼ਨ ਨਸੀਬ ਹੋਈ ਆ, ਉਹਨਾਂ ਦੇ ਫੋਲੋਅਰਸ ਨੂੰ ਫਿਲਾਸਫੀ ਦਾ ਆਪਣੇ ਐਕਸਪੀਰੀਅੰਸ ਤੋਂ ਫਿਲਾਸਫੀ ਦੀ ਫਿਲਾਸਫਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਆ ਉਹਨੂੰ ਡਿਟਰਮਿਨ ਕਰਨਾ ਚਾਹੀਦਾ ਹੈ। ਜਿੰਨੇ ਚਿਰ ਅਸੀਂ ਆਪਣੇ ਨੁਕਤੇ ਤੋਂ ਕੰਸੈਪਚੁਲਾਈਜੇਸ਼ਨ ਦੇ ਪ੍ਰੋਸੈਸ ਨੂੰ ਉਹਦੀ ਘਾਟ ਨਹੀਂ ਕਰਦੇ, ਉਨਾ ਚਿਰ ਅਸੀਂ ਫਲਸਫੇ ਦੀ ਕੰਸੈਪਸ਼ਨਸ ਦੇ ਰਾਹੀਂ ਆ ਰਹੇ ਜਿਹੜੇ ਏਲੀਅਨ ਐਕਸਪੀਰੀਅੰਸਿਸ ਆ ਉਹਦੀ ਅਧੀਨਗੀ ਦੇ ਵਿੱਚ ਚਲੇ ਜਾਂਦੇ ਹਾਂ ਤੇ ਉਹਦੇ ਨਾਲ ਜਿਹੜੀ ਠੀਕ ਕੰਸੈਪਚੁਲਾਈਜੇਸ਼ਨ ਨਹੀਂ ਹੁੰਦੀ। ਇਸ ਕਰਕੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਇਬਨ ਅਰਬੀ ਨਾਲ ਜੋੜਿਆ ਹੋਇਆ, ਕਿਉਂਕਿ ਇਬਨ ਅਰਬੀ ਦੂਜੇ ਧਰਮਾਂ ਦੀ ਰਿਸਪੈਕਟ ਕਰਦੇ ਹਨ, ਇਬਨ ਅਰਬੀ ਜਿਹੜੇ ਆ ਰੱਬ ਦੇ ਵਿੱਚ ਮਰਜ ਹੋਣ ਦੀ ਗੱਲ ਕਰਦੇ ਹਨ, ਇਬਨ ਅਰਬੀ
ਜਿਹੜਾ ਨੇਚਰ ਮਿਸਟਿਸਿਜ਼ਮ ਵੀ ਨਾਲ ਹੀ ਲੈਂਦੇ ਹਨ ਤੇ ਇਸ ਤਰ੍ਹਾਂ ਦੇ ਪਸਾਰ ਉਹਨਾਂ ਦੇ ਵਿੱਚੋਂ ਲੈਂਦੇ ਆ ਤੇ ਸ਼ੇਖ ਸਰਹੰਦੀ ਸਾਹਿਬ ਜਿਹੜੇ ਆ ਉਹ ਸ਼ਰ੍ਹਾਂ ਦੇ ਵਿੱਚ ਚਲੇ ਜਾਂਦੇ ਹਨ ਤੇ ਸ਼ਰ੍ਹਾਂ ਦੇ ਵਿੱਚੋਂ ਇੱਕ ਕੱਟੜਤਾ ਜਨਮ ਲੈਂਦੀ ਹੈ ਜਿਹਦੇ ਵਿੱਚ ਜਿਹੜੇ ਨੋਨ ਮੁਸਲਿਮਸ ਆ ਉਹਨਾਂ ਬਾਰੇ ਜਿਹੜੇ ਐਟੀਟਿਊਡਸ ਪੈਦਾ ਹੁੰਦੇ ਇਸ ਤਰ੍ਹਾਂ ਦੀਆਂ ਨੈਗੇਟਿਵ ਜਿਹੜੀਆਂ ਡਿਮੈਂਸ਼ਨਸ ਆ ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਹਾਂ। ਇਹ ਪ੍ਰੋਬਲਮ ਠੀਕ ਹੈ ਆਪਣੇ ਆਪ ਚ ਗਲਤ ਨਹੀਂ ਹੈ, ਪਰ ਜਿਹੜਾ ਸਿੱਖ ਐਕਸਪੀਰੀਅੰਸ ਆ ਉਹ ਇਹ ਵੀ ਗੱਲ ਨਾਲ ਦੇਖੇਗਾ ਕਿ ਇਬਨ ਅਲ ਅਰਬੀ ਦੀ ਹਲੂਲੀਅਤ ਦੇ ਨਾਲ ਪ੍ਰੋਫਿਟ ਦੀ ਜਿਹੜੀ ਧਰਤੀ ਦੀ ਮਾਰਚਿੰਗ ਹੈ ਇਹ ਪ੍ਰਾਇਮਰੀ ਨਹੀਂ ਰਹਿੰਦੀ, ਇਹ ਸੈਕੰਡਰੀ ਸਟੇਟਸ ਲੈ ਲੈਂਦੀ ਹੈ। ਇਹ ਕੀ ਅਸੀਂ ਇਸ ਡੁਐਲਿਟੀ ਨੂੰ ਸਿੱਖ ਐਕਸਪੀਰੀਅੰਸ ਤੇ ਧਾਰਨ ਕਰਨ ਲਈ ਤਿਆਰ ਹਾਂ? ਦੂਜਾ ਨੁਕਤਾ ਜਿਹੜਾ ਮੈਂ ਦੇਣਾ ਚਾਹੁੰਦਾ ਕਿ ਕਈ ਵਾਰੀ ਜਿਹੜੇ ਫਲਸਫੇ ਹਨ ਜਦੋਂ ਸਕ੍ਰਿਪਚਰ ਨੂੰ ਜਾਂ ਪ੍ਰੋਫਿਟਸ ਨੂੰ ਦੇਖਦੇ ਆ ਤਾਂ ਉਹ ਐਕਸਪੀਰੀਅੰਸ ਤੇ ਥੋਟ ਦੇ ਨੁਕਤੇ ਤੋਂ ਇਹੋ ਜਿਹੀਆਂ ਉਚਾਈਆਂ 'ਚ ਚਲੇ ਜਾਂਦੇ ਆ ਕਿ ਉਹਨਾਂ ਨੂੰ ਰਿਜ਼ੋਲਵ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹਨਾਂ ਦੇ ਉੱਤੇ ਕਿਸੇ ਹੋਰ ਪਰਫੈਕਟ ਵਿਜ਼ਨ ਦੀ ਬਖਸ਼ਿਸ਼ ਦੀ ਲੋੜ ਪੈ ਜਾਂਦੀ ਹੈ। ਜਿਵੇਂ ਤੁਸੀਂ ਦੇਖੋ ਸਾਈ ਮੀਆਂ ਮੀਰ ਸਾਹਿਬ ਜਿਹੜੇ ਆ ਕਾਦਰੀ ਘਰਾਣੇ 'ਚ ਸੀਗੇ ਤੇ ਸ਼ੇਖ ਇਬਨ ਅਰਬੀ ਜਿਹੜੇ ਆ ਇਹ ਕਾਦਰੀ ਸਿਲਸਿਲੇ ਦੇ ਮੁਰੀਦ ਆ ਤੇ ਜਿਹੜੀ ਮੀਆਂ ਮੀਰ ਸਾਹਿਬ ਦੀ ਜਿਹੜੀ ਉਚਾਈ ਆ ਉਹ ਉਚਾਈ ਜਿਹੜੀ ਆ ਉਹ ਰੋਜ਼ ਹੀ ਪਰਿਕਰਮਾ ਕਰਨ ਦੀ ਸਮਰੱਥਾ ਰੱਖਦੀ ਹੈ, ਕਾਬੇ ਦੀ ਪਰਿਕਰਮਾ ਕਰਨ ਦੀ ਸਮਰੱਥਾ ਰੱਖਦੀ ਹੈ ਤੇ ਉਹਦੇ ਵਿੱਚੋਂ ਹੀ ਉਹਨਾਂ ਦੀ ਜਿਹੜੀ ਸ਼ਗਿਰਦਾ ਆ ਆਪਾਂ ਮਾਤਾ ਕੌਲਾਂ ਕਹਿੰਦੇ ਹਾਂ ਜਿਹੜੀ ਸੂਫੀ ਫੈਮਨਾਈਨ ਜਿਹੜਾ ਡਿਮੈਂਸ਼ਨ ਉਹਦੀ ਸਿਖਰ ਨੂੰ ਪੇਸ਼ ਕਰਦੀ ਹੈ। ਉਹ ਦੋ ਚੀਜ਼ਾਂ ਮੀਆਂ ਮੀਰ ਸਾਹਿਬ ਦੇ ਰਹੇ ਸਿੱਖ ਐਕਸਪੀਰੀਅੰਸ ਚਾਹੀਆਂ ਤੇ ਇਹ ਵੀ ਇਸ ਕ੍ਰਾਈਸਿਸ ਨੂੰ ਸਮਝਣ 'ਚ ਮਦਦਗਾਰ ਆ। ਤੇ ਮੀਆਂ ਮੀਰ ਸਾਹਿਬ ਜਿਹੜੇ ਕਿ ਮਿਸਟਿਕ ਕਾਬਾ ਜਿਹੜਾ ਆ ਉਹਦੀ ਪ੍ਰਕਰਮਾ ਦੇ ਵਿੱਚ ਭਾਵ ਜਿਹੜਾ ਪ੍ਰੋਫਿਟ ਵਾਲਾ ਕਾਬਾ ਹੈ ਉਹਨੂੰ ਇਬਨ ਅਲ ਅਰਬੀ ਦੇ ਹਾਰਟ ਦੇ ਕਾਬੇ ਦੇ ਵਿੱਚ ਤਬਦੀਲ ਕਰ ਦਿੱਤਾ, ਮਿਸਟਿਕ ਕਾਬਾ ਬਣਾ ਦਿੱਤਾ, ਪਰ ਉਹਦੀ ਪ੍ਰੋਬਲਮ ਸ਼ਰ੍ਹਾਂ ਦੇ ਨਾਲ ਰਿਜ਼ੋਲਵ ਨਹੀਂ ਹੋ ਰਹੀ, ਉਹਦੀ ਜਿਹੜੀ ਮਰਿਆਦਾ ਦੇ ਨਾਲ ਉਹਦਾ ਰਿਲੇਸ਼ਨ ਨਹੀਂ ਪੂਰਾ ਬਣ ਰਿਹਾ ਫਿਰਕਾ ਦੇ ਨਾਲ। ਹੁਣ ਇਹਦੀਆਂ ਸ਼ੇਖ ਅਹਿਮਦ ਸਰਹੰਦੀ ਜਦੋਂ ਫਿਕਾ 'ਚ ਆਉਂਦੇ ਹਨ ਤਾਂ ਜਿਹੜੇ ਆ ਪੋਲੀਟੀਕਲ ਇਸਲਾਮ ਦੀਆਂ ਡਿਮੈਂਸ਼ਨ ਹਨ ਉਹਦੀ ਨੈਗੇਟਿਵਿਟੀ ਉਹਦੇ 'ਚ ਸ਼ਾਮਿਲ ਹੋ ਜਾਂਦੀ ਹੈ, ਉਹਦੇ 'ਚ ਮੁਹੰਮਦ ਦੀ ਹਾਰਟ ਦੀ ਡਿਮੈਂਸ਼ਨ ਦਾ ਬੈਲੈਂਸ ਨਹੀਂ ਰਹਿੰਦਾ, ਇਬਨ ਅਰਬੀ ਦੇ ਵਿੱਚ ਉਹਦੀ ਨਬੂਵਤ ਦਾ ਬੈਲੈਂਸ ਨਹੀਂ ਰਹਿੰਦਾ। ਇਸ ਕ੍ਰਾਈਸਿਸ ਨੂੰ ਨਾ ਇਸਲਾਮਿਕ ਮਿਸਟਿਸਿਜ਼ਮ ਪੂਰਾ ਕਰ ਰਿਹਾ ਨਾ ਹੀ ਉਹਦੀ ਫਿਕਾ ਦੀਆਂ ਸਾਇੰਸਿਸ ਪੂਰੀਆਂ ਕਰ ਰਹੀਆਂ। ਇਹ ਇੱਕ ਪੀਕ ਦੇ ਉੱਤੇ ਜਿਹੜੀਆਂ ਦੋ ਸਪਿਰਿਟਸ ਚਲੇ ਗਈਆਂ ਇੱਕ ਸਕ੍ਰਿਪਚਰ ਨੂੰ ਫੋਲੋ ਕਰਦੇ ਹੋਏ, ਤਾਂ ਫਿਰ ਇਹਨੂੰ ਗੁਰੂ ਨਾਨਕ ਦਾ ਵਿਜ਼ਨ ਜਿਹੜਾ ਆ ਉਹ ਹਾਰਟ ਦੇ ਕਾਬੇ ਨੂੰ ਜਿਹੜਾ ਆ ਉਹਦੇ ਥਰੂ ਇੱਕ ਇੱਟ ਜਿਹੜੀ ਆ ਉਹ ਦਰਬਾਰ ਸਾਹਿਬ ਦੀ ਨੀਂਹ 'ਚ ਰਖਾਉਂਦਾ। ਮਿਸਟਿਕ ਨੂੰ ਇੱਕ ਸਥੂਲ ਚੀਜ਼, ਮਿਸਟਿਕ ਦੀ ਫਲਾਈਟ ਉੱਪਰ ਆ, ਮਿਸਟਿਕ ਨੂੰ ਇੱਕ ਪਕੜਨ ਯੋਗ ਚੀਜ਼ ਇੱਕ ਫਿਜ਼ੀਕਲ ਸੈਂਟਰ ਦੇ ਦਿੱਤਾ ਤੇ ਜਿਹੜੀ ਕਾਬੇ ਦੀ ਸਪਿਰਿਟ ਆ ਉਹਨੂੰ ਜਿਹੜਾ ਆ ਗੁਰੂ ਨਾਨਕ ਨੇ ਆਪਣੇ ਸ਼ਬਦ 'ਚੋਂ ਪ੍ਰਕਾਸ਼ਮਾਨ ਹੋਣ ਵਾਲਾ ਜਿਹੜਾ ਇੱਕ ਕਮਲ ਦਾ ਫੁੱਲ ਜਿਹੜਾ ਜਲ ਦੇ ਵਿੱਚ ਪ੍ਰਗਟ ਹੋ ਰਿਹਾ ਜਿਹਦੇ ਵਿੱਚ ਗੁਰੂ ਗ੍ਰੰਥ ਦਾ ਸ਼ਬਦ ਦਾ ਸਾਂਝੇ ਸ਼ਬਦ ਦਾ ਪ੍ਰਕਾਸ਼ ਹੋਣਾ ਧਰਤੀ ਦੇ ਦਾ ਉਹਦੇ ਵਿੱਚ ਹਲੂਲ ਕਰ ਲਿਆ, ਉਹਦੀ ਹਲੂਲੀਅਤ ਨੂੰ ਫਿਜ਼ੀਕੈਲਿਟੀ ਦੇ ਦਿੱਤੀ। ਇਹ ਫਿਰ ਪ੍ਰੋਫਿਟਸ ਦੇ ਰਾਹੀਂ ਫੈਸਲੇ ਹੁੰਦੇ। ਮੈਂ ਇੱਥੇ ਇਹ ਪੁਆਇੰਟ ਕਹਿਣਾ ਚਾਹੁੰਦਾ ਹਾਂ, ਮੈਂ ਪੇਪਰ ਟੈਕਨੀਕਲੀ ਨਹੀਂ ਪੜ੍ਹ ਰਿਹਾ, ਮੈਂ ਦੋ ਚਾਰ ਪੁਆਇੰਟ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਪੁਨਰ ਸਮੀਖਿਆ ਕਰ ਰਹੇ ਹਾਂ ਤੇ ਸ਼ਬਦ ਦੇ ਨੁਕਤੇ ਤੋਂ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਕਰਕੇ ਜਦੋਂ ਸਕ੍ਰਿਪਚਰ ਦੀ ਮਾਰਚਿੰਗ ਦੇ ਦੁਆਲੇ ਜਿਹੜਾ ਕਲਚਰਲ ਮੈਨ ਆਪਣੀ ਸਾਈਕੋਲੋਜੀ ਤੇ ਆਪਣੇ ਥੋਟ ਦੇ ਵਿਖਿਆਣ ਜੋੜ ਲੈਂਦਾ ਆ ਤਾਂ ਅਸੀਂ ਦੂਜੇ ਰਿਲੀਜੀਅਨਸ ਦੇ ਕ੍ਰਾਈਸਿਸ ਤੇ ਉਹਨਾਂ ਦੀਆਂ ਪ੍ਰਾਪਤੀਆਂ 'ਚ ਆਪਣੀ ਸ਼ੁੱਧਤਾ ਨੂੰ ਪਛਾਣ ਸਕਦੇ ਹਾਂ। ਇਸ ਕਰਕੇ ਰਿਲੀਜੀਅਸ ਦੀਆਂ ਟ੍ਰਾਂਸਪੇਰੈਂਸੀ ਨੂੰ ਜਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਸਿੱਖਾਂ ਨੇ ਵੀ ਆਪਣੀ ਸਕ੍ਰਿਪਚਰ ਦੇ ਦੁਆਲੇ ਆਪਣੇ ਹਿਸਟੋਰਿਕ ਐਕਸਪੀਰੀਅੰਸ ਆਪਣੇ ਕਲਚਰਲ ਸਾਈਕੋਲੋਜੀ ਨੂੰ ਜੋੜ ਲਿਆ ਆ ਤੇ ਪ੍ਰੋਫਿਟ ਦੇ ਨੂਰਾਨੀ ਚਿਹਰੇ ਦੇ ਉੱਤੇ ਇੱਕ ਆਪਣੇ ਮਨ ਦੀ ਧੁਨ ਜੀ ਫੈਲਾ ਦਿੱਤੀ ਤੇ ਧਰਤੀ ਦੇ ਉੱਤੇ ਕੰਮ ਇੰਜ ਹੀ ਕਰਦੀਆਂ, ਪ੍ਰੋਫਿਟ ਨੂੰ ਆਪਣੇ ਹਿਸਾਬ ਨਾਲ ਚੱਲਣ ਲਈ ਖੁਦ ਬਦਲਤੇ ਨਹੀਂ ਕੁਰਾਨ ਕੋ ਬਦਲ ਦਿੱਤੇ ਹੈ, ਉਹ ਕਿਸ ਦਰਜਾ ਫਿਕੇ ਹਨ ਤਲਸਮ ਬੇਤਫੀ। ਇਸ ਕਰਕੇ ਇਹ ਬੜੇ ਵੱਡੇ ਕ੍ਰਾਈਸਿਸ ਆ, ਇਹ ਇਕੱਲੇ ਕੋਈ ਇਹਨਾਂ ਨੂੰ ਇੰਜ ਨਹੀਂ ਕਿਹਾ ਜਾ ਸਕਦਾ ਜਿਵੇਂ ਕਿ ਅੰਸਾਰੀ ਸਾਹਿਬ ਨੇ ਕੀਤਾ
ਉਹਦੀ ਜਿਹੜੀ ਫਿਲਸੋਫੀਕਲ ਜਿਹੜੀ ਥਾਟ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਐਕਸਰਸਾਈਜ਼ ਹੁੰਦੀਆਂ, ਉਹਦੀਆਂ ਡਿਵੈਲਪਮੈਂਟਸ ਹੁੰਦੀਆਂ, ਉਹਦੇ ਚ ਨਿੱਕੀਆਂ ਨਿੱਕੀਆਂ ਸ਼ੇਡਸ ਆਉਂਦੀਆਂ ਆ। ਪਰ ਜਦੋਂ ਐਕਸਪੀਰੀਐਂਸ਼ੀਅਲ ਫਿਲਾਸਫੀ ਪੈਦਾ ਹੁੰਦੀ ਹੈ, ਸ਼ਬਦ ਦੇ ਵਿੱਚੋਂ ਐਕਸਪੀਰੀਐਂਸ਼ੀਅਲ ਫਿਲਾਸਫੀ ਦੀ ਡਿਵੈਂਸ਼ਨ, ਤੇ ਜਿਹਨੂੰ ਕਿ ਅੱਜ ਕੱਲ੍ਹ ਪ੍ਰੀਵੀਅਲ ਫਿਲਾਸਫੀ ਜਿਹੜੀ ਆ, ਜਿਹਦਾ ਫਾਊਂਡਰ ਜਿਹੜਾ ਰੈਨੀ ਗੁਨਾਹ ਆ, ਤੇ ਜਿਹਦੀ ਸਿਖਰ ਜਿਹੜੀ ਆ ਉਹ ਆਪਣਾ ਸ਼ੂਲ, ਤੇ ਜਿਹਦੀ ਲਿਰੀਕਲ ਮਿਸਟੀਕਲ ਤੇ ਪਿਆਰ ਭਰੀ ਡਿਵੈਂਸ਼ਨ ਜਿਹੜੀ ਆ ਉਹ ਮਲਟੀਲਿੰਗਸ ਨੇ ਪੈਦਾ ਕੀਤੀ ਆ। ਇਹ ਸਾਰਾ ਸਕੂਲ ਜਿਹੜਾ ਸਾਨੂੰ ਇਸ ਵੇਲੇ ਪੜ੍ਹਨਾ ਚਾਹੀਦਾ ਹੈ। ਇਸ ਵੇਲੇ ਜਿਹੜੇ ਯੂਐਸਟ ਦੇ ਦੋ ਸਕੂਲ ਚੱਲਦੇ ਆ, ਐਨਾਲਿਟੀਕਲ ਫਿਲਾਸਫਰ ਤੇ ਕੰਟੀਨੈਂਟਲ ਜਿਹੜੇ ਫਿਲਾਸਫਰ ਆ, ਇਹਨਾਂ ਦੇ ਨਾਲ ਪੂਰੀ ਗੱਲ ਨਹੀਂ ਬਣ ਸਕਦੀ। ਸਿੱਖਾਂ ਨੂੰ ਸ਼ਬਦ ਦੇ ਨੁਕਤੇ ਤੋਂ ਐਕਸਪੀਰੀਐਂਸ਼ੀਅਲ ਫਿਲਾਸਫੀ ਦੀ ਕੋਈ ਡਿਵੈਂਸ਼ਨ ਜਗਾਉਣੀ ਚਾਹੀਦੀ ਆ, ਤੇ ਉਹਦੇ ਵਿੱਚ ਜਿਹੜਾ ਆ ਇਹ ਮਤਲਬ ਕਿ ਪ੍ਰੀਮੀਅਰ ਫਿਲਾਸਫੀ ਜਿਹੜੀ ਆ ਉਹ ਕਾਫੀ ਹੈਲਪ ਕਰ ਸਕਦੀ ਆ, ਤੇ ਉਹਦੇ ਚ ਬੜੇ ਵੱਡੇ ਰਾਹ ਪਏ ਆ। ਐਕਸਪੀਰੀਐਂਸ਼ੀਅਲ ਫਿਲਾਸਫੀ ਦੇ ਵਿੱਚ ਮੈਂ ਕਹਿ ਰਿਹਾ ਕਿ ਸ਼ਬਦ ਦੇ ਨੁਕਤੇ ਤੋਂ ਇਬਨ ਅਰਬੀ ਦੀ ਪੋਜ਼ਿਟਿਵ ਕੰਟ੍ਰੀਬਿਊਸ਼ਨ ਹੈ। ਸ਼ਬਦ ਦੇ ਨੁਕਤੇ ਤੋਂ ਜਿਹੜੀ ਪੇਨ ਅਹਿਮਦ ਸਰਹੰਦੀ ਸਾਹਿਬ ਇਹ ਸਟਰਕਚਰ ਬਣਾ ਰਿਹਾ ਤੇ ਡਿਵਰਸ਼ਨਸ ਵੀ ਪੈਦਾ ਕਰ ਰਿਹਾ, ਉਹਦੇ ਸੰਤੁਲਨ ਦਾ ਵੀ ਵੱਡਾ ਰੋਲ ਹੈ। ਇਹਨਾਂ ਦੋਵਾਂ ਡਿਵੈਂਸ਼ਨਸ ਦੇ ਵਿੱਚੋਂ ਦੀ ਸਾਨੂੰ ਆਪਣੀ ਵੀ ਰਾਹ ਸਮਝ ਆਊਗੀ, ਤੇ ਅਸੀਂ ਉਹਨਾਂ ਦੇ ਉੱਤੇ ਵੀ ਉਸ ਐਕਸਰਸਾਈਜ਼ ਦੇ ਵਿੱਚ ਵੀ ਕੋਈ ਕੰਟਰੀਬਿਊਟ ਕਰ ਸਕਾਂਗੇ। ਤੇ ਸ਼ਬਦ ਦੀ ਯੂਨੀਵਰਸੈਲਿਟੀ ਇੰਜ ਨਹੀਂ ਜਾਗੇਗੀ ਕਿ ਅਸੀਂ ਸਿਰਫ ਸ਼ਬਦ ਨਾਲ ਜੁੜੀ ਕਮਿਊਨਿਟੀ ਦੀਆਂ ਗੱਲਾਂ ਕਰੀਏ। ਜਦੋਂ ਸ਼ਬਦ ਨੇ ਜਗਤ ਗੁਰੂ ਦਾ ਰੂਪ ਧਾਰਿਆ ਤੇ ਸਾਰੀ ਧਰਤੀ ਦੇ ਜਿਹੜੇ ਕ੍ਰਾਈਸਿਸ ਆ ਉਹ ਤੁਹਾਡੇ ਕ੍ਰਾਈਸਿਸ ਆ, ਉਹਨਾਂ ਦੇ ਵਿੱਚ ਪਾਰਟੀਸਿਪੇਟ ਕਰਨਾ ਬੇਹੱਦ ਜ਼ਰੂਰੀ ਆ। ਇਸ ਆਪਾਂ ਕਰ ਰਹੇ ਇਹਦੇ ਵਿੱਚ ਵੀ ਇਹ ਡਿਵੈਂਸ਼ਨ ਆ। ਮੈਂ ਇੱਕ ਲਾਸਟ ਪੁਆਇੰਟ ਜਿਹੜਾ ਕਹਿਣਾ ਆ ਕਿ ਉਹਨਾਂ ਨੇ ਇਹਦਾ ਜਿਹੜਾ ਉਹਨਾਂ ਨੇ ਕੋਈ ਚਾਰ ਤਰ੍ਹਾਂ ਦੀਆਂ ਜਿਹੜੀ ਤਿੰਨ ਤਰ੍ਹਾਂ ਦੀਆਂ ਉਹਨਾਂ ਦੇ ਉੱਤੇ ਸਟੇਜਿਸ ਜਿਹੜੀਆਂ ਆ ਉਹ ਵਾਪਰੀਆਂ। ਪਹਿਲੀ ਸਟੇਜ ਉਹਨਾਂ ਦੇ ਉੱਤੇ ਕਿਉਂਕਿ ਉਹ ਮੌਜੂਦੀ ਟ੍ਰੈਡੀਸ਼ਨ ਚ ਸੀ, ਤੇ ਜਦੋਂ ਉਹਨਾਂ ਦੇ ਪਿਤਾ ਦੀ ਡੈਥ ਹੋ ਗਈ ਤਾਂ ਉਹ ਹੱਜ ਕਰਨ ਚਲੇ ਗਏ, ਉਦਾਸ ਹੋ ਗਏ ਹਿੰਦੁਸਤਾਨ ਦੇ ਵਿੱਚ ਜੋ ਚੱਲ ਰਿਹਾ ਸੀ। ਉਹ ਸੂਫੀ ਟ੍ਰੈਡੀਸ਼ਨ ਤੋਂ ਵੀ ਉਦਾਸ ਹੋ ਗਏ, ਜਿਹੜਾ ਦੀਨੇ ਇਲਾਹੀ ਉਹਦੇ ਤੋਂ ਵੀ ਉਦਾਸ ਹੋ ਗਏ, ਤੇ ਜੋ ਫਕੀਹੀ ਜਿਹੜੇ ਇਸਲਾਮਿਕ ਥਿਓਲੋਜੀਅਨਸ ਜਿਹੜੇ ਜੋ ਕਰ ਰਹੇ ਸੀ ਉਹਨਾਂ ਤੋਂ ਵੀ ਉਹਨਾਂ ਦੀ ਤਸੱਲੀ ਨਾ ਹੋਈ, ਤੇ ਉਹ ਪੰਜਾਬ ਚ ਉਦਾਸ ਹੋ ਗਏ। ਆਪਣੀ ਸੋਚ ਦਾ ਜਿਹੜਾ ਸੈਂਟਰ ਸੀ ਕਾਬਾ ਉੱਧਰ ਹੱਜ ਕਰਨ ਲਈ ਚੱਲ ਪਏ। ਪਰ ਜਦੋਂ ਦਿੱਲੀ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਬਾਕੀ ਬਿੱਲਾ ਸਾਹਿਬ ਮਿਲੇ, ਤੇ ਉਹਨਾਂ ਦੇ ਕੋਲ ਫਿਰ ਰਹੇ, ਤੇ ਉਹਨਾਂ ਨੇ ਉਹਨਾਂ ਨੂੰ ਨਕਸ਼ਬੰਦੀ ਆਰਡਰ ਦੇ ਵਿੱਚ ਬੈਤ ਕੀਤਾ। ਪਰ ਉਹਨਾਂ ਦੇ ਕੋਲ ਮੌਜੂਦੀ ਟ੍ਰੈਡੀਸ਼ਨ ਵੀ ਸੀ, ਇਸ ਕਰਕੇ ਉਹ ਜਦੋਂ ਉਹਨਾਂ ਨੇ ਆਪਣੀ ਸਪਿਰਚੁਅਲ ਜਰਨੀ ਉਹਨਾਂ ਕੋਲ ਸ਼ੁਰੂ ਕੀਤੀ ਤਾਂ ਉਹ ਦੱਸਦੇ ਆ ਕਿ ਉਹ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਮੌਜੂਦੀ ਤੌਹੀਦ ਆ ਉਸ ਦੀਆਂ ਮੰਜ਼ਲਾਂ ਤੈਅ ਕਰ ਗਏ, ਕੁਝ ਹੀ ਦੋ ਕੁ ਮਹੀਨੇ ਦੇ ਵਿੱਚ ਤਕਰੀਬਨ। ਤੇ ਉਹਨਾਂ ਨੇ ਉਹਨਾਂ ਦੇ ਉੱਤੇ ਉਹ ਚੀਜ਼ਾਂ ਵਾਰਦ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਹਲੂਲੀਅਤ ਦੇ ਵਿੱਚੋਂ ਪੈਦਾ ਹੁੰਦੀਆਂ। ਹਲੂਲੀਅਤ ਦੇ ਵਿੱਚੋਂ ਫਿਰ ਮਸਤੀ ਐਕਸਟੈਸੀ ਪੈਦਾ ਹੁੰਦੀ ਹੈ। ਹਲੂਲੀਅਤ ਮੈਂ ਹਲੂਲ ਹੋ ਜਾਣਾ, ਮਰਜ ਹੋ ਜਾਣਾ ਸੋਲ ਦਾ। ਤੇ ਉਹਨਾਂ ਦੇ ਵਿੱਚ ਫਿਰ ਵਹਿਤੁਲ ਵਜੂਦ, ਜਿਹੜੀ ਯੂਨਿਟੀ ਆਫ ਦਾ ਬੀਂਗ, ਜਿੰਨੇ ਵੀ ਬੀਂਗ ਹਨ ਧਰਤੀ ਦੇ ਉਹ ਯੂਨਿਟੀ ਚ ਹਨ, ਤੇ ਉਹ ਅੱਲਾ ਦੀ ਨੂਰੀ ਜਾਤ ਹਨ, ਤੇ ਅੱਲਾ ਤੇ ਉਹਨਾਂ ਚ ਕੋਈ ਫਰਕ ਨਹੀਂ ਹੈ। ਇਹਦੇ ਵਿੱਚ ਫਿਰ ਅੱਗੇ ਜਾ ਕੇ ਅਨਲ ਹੱਕ ਦਾ ਨਾਰਾ ਨਿਕਲਦਾ, ਜਾਂ ਜਿਹੜਾ ਉਹ ਕਹਿੰਦੇ ਕਿ ਮੇਰੀ ਸ਼ਾਨ ਨਿਰਾਲੀ ਆ ਮਿਸਤਾਬੀ ਸਾਹਿਬ, ਇਸ ਤਰ੍ਹਾਂ ਦੀਆਂ ਸਟੇਟਮੈਂਟਸ ਨਿਕਲਦੀਆਂ ਆ ਜਿਹਦੇ ਚ ਵਜੂਦ ਧਰਤੀ ਦੇ ਵਜੂਦ ਤੇ ਅੱਲਾ ਦੇ ਵਜੂਦ ਨੂੰ ਇੱਕ ਕਰ ਲਿਆ ਜਾਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵਾਰਦ ਹੁੰਦੀਆਂ। ਪਰ ਇਹਦੇ ਵਿੱਚ ਆਏ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਪੋਇਟਰੀ ਲਿਖਣੀ ਸ਼ੁਰੂ ਕਰ ਦਿੱਤੀ ਕਿ ਜਿਹੜੀ ਡੁਐਲਿਟੀ ਆ ਕੁਫਰ ਵੀ ਜਿਹੜਾ ਆ ਰੱਬ ਦਾ ਹੀ ਰੂਪ ਆ, ਤੇ ਉਹਦੇ ਕਹਿੰਦਾ ਵੀ ਉਹਦੇ ਨੂਰਾਨੀ ਚਿਹਰੇ ਦੀਆਂ ਦੋ ਜ਼ੁਲਫਾਂ ਹਨ, ਕੁਫਰ ਤੇ ਇਮਾਨ। ਇਸ ਤਰ੍ਹਾਂ ਦੀ ਉਹਨਾਂ ਨੇ ਪੋਇਟਰੀ ਲਿਖਣੀ ਸ਼ੁਰੂ ਕਰ ਦਿੱਤੀ। ਤੇ ਇਹ ਵੀ ਬੜੀ ਵੱਡੀ ਫਲਾਈਟ ਆ, ਇਹ ਕੋਈ ਛੋਟੀ ਫਲਾਈਟ ਨਹੀਂ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸ਼ਬਦ ਨੇ ਸਕ੍ਰਿਪਚਰ ਤੋਂ ਵੱਡਾ ਰਾਹ ਅਖਤਿਆਰ ਕਰਨਾ, ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ, ਇਹ ਗੁਰੂ ਹੈ। ਜਦੋਂ ਸਕ੍ਰਿਪਚਰ ਨੇ ਗੁਰੂ ਬਣਨਾ ਤੇ ਧਰਤੀ ਨੇ ਕੀ ਐਕਸਪੀਰੀਅੰਸ ਕੀਤੇ ਹੋਏ ਆ, ਤੇ ਉਹਨਾਂ ਐਕਸਪੀਰੀਅੰਸਿਸ ਦੀ ਉਚਾਈ ਦੇ ਬਾਵਜੂਦ ਕੋਈ ਚੀਜ਼ਾਂ ਰਹਿ ਜਾਂਦੀਆਂ ਆ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹ ਸਾਰਾ ਕੁਝ ਆ, ਉਹ ਇੰਜ ਨਹੀਂ ਜਗਤ ਗੁਰੂ ਬਣਾ ਗੁਰਗੱਦੀ ਮਿਲ ਗਈ, ਐਵੇਂ ਨਹੀਂ ਗਾ ਗੁਰੂ। ਉਹਦੇ ਪਿੱਛੇ ਕੋਈ ਵੱਡੇ ਐਕਸਪੀਰੀਅੰਸ ਚੱਲਦੇ ਨਜ਼ਰ ਚ, ਤੇ ਉਹ ਹਲੂਲੀਅਤ ਦੇ ਵਿੱਚ ਰਹਿਣਾ ਸ਼ੁਰੂ ਹੋ ਗਏ। ਪਰ ਉਹਨਾਂ ਦੇ ਅੰਦਰ ਇਹਨੂੰ ਕਹਿੰਦੇ ਸ਼ੁਕਰ ਕਹਿੰਦੇ ਆ, ਸ਼ੁਕਰ ਤੇ ਸਹਿਬ ਐਕਸ
ਸਟ੍ਰੈਸ ਸੀ ਉਹਦੇ ਵਿੱਚੋਂ ਸਮਾਂ ਵੀ ਪੈਦਾ ਹੁੰਦੀ ਡਾਂਸਿਸ ਜਿਹੜੇ ਆ ਸਾਰੀ ਤਰ੍ਹਾਂ ਦੀਆਂ ਤੇ ਮੈਂ ਥੋੜਾ ਹੀ ਬੋਲਾਂਗਾ ਟਾਈਮ ਮੇਰੇ ਤਾਂ ਕਾਫੀ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਨੂੰ ਅੰਦਰ ਸ਼ਰ੍ਹਾ ਦਾ ਵੀ ਖਿਆਲ ਸੀ ਅੰਦਰ ਕਿਉਂਕਿ ਨਕਸ਼ਬੰਦੀ ਆਰਡਰ ਸੀ ਕੁਝ ਪਿਤਾ ਦਾ ਵੀ ਉਹਨਾਂ ਦਾ ਖਿਆਲ ਸੀਗਾ ਵੀ ਸ਼ਰ੍ਹਾ ਦੇ ਉੱਤੇ ਅਟੈਕ ਨਹੀਂ ਹੋਣਾ ਚਾਹੀਦਾ ਸੂਫੀ ਦੀਆਂ ਐਕਸਪ੍ਰੈਸਿਸ ਕਰਕੇ ਜਿਹੜੀਆਂ ਮਸਤੀਆਂ ਵਾਪਰੀਆਂ ਉਹਦੇ ਕਰਕੇ ਜਿਹੜਾ ਆ ਸ਼ਰ੍ਹਾ ਦੀ ਅਵਹੇਲਣਾ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਪੰਜ ਨਮਾਜ਼ਾਂ ਜਿਹੜੀਆਂ ਉਹ ਅੰਦਰਲੀਆਂ ਨਮਾਜ਼ਾਂ ਚ ਬਦਲ ਜਾਂਦੀਆਂ ਪਰ ਤੁਸੀਂ ਦੇਖੋ ਜਦੋਂ ਮੁਹੰਮਦ ਸਾਹਿਬ ਸਦਰੁਲ ਵੁਲਤਕਾ ਦੇ ਵਿੱਚ ਜਾਂਦੇ ਵੁਲਤਕਾ ਦੇ ਵਿੱਚ ਜਾਂਦੇ ਆ ਬੁਰਾਕ ਦੇ ਉੱਤੇ ਬੈਠ ਕੇ ਜਿਹੜੀ ਉਹਨਾਂ ਦੀ ਮਿਸਟਿਕ ਜਰਨੀ ਆ ਉਹ ਜਿਹੜੀ ਬੁਰਾਕ ਆ ਉਹਦਾ ਫੇਸ ਫੈਮਨਾਈਨ ਆ ਜਿਹੜਾ ਘੋੜਾ ਆ ਬੁਰਾਕ ਉਹਨੇ ਬਿਜਲੀ ਇਹਦਾ ਮਤਲਬ ਵੀ ਮੁਹੰਮਦ ਦੀ ਫਲਾਈਟ ਦੇ ਵਿੱਚ ਫੈਮਨਾਈਨ ਡਿਮੈਂਸ਼ਨ ਪਈ ਹੋਈ ਹੈ ਤੇ ਉਹ ਫੈਮਨਾਈਨ ਡਿਮੈਂਸ਼ਨ ਹੀ ਸੂਫੀਜ਼ਮ ਤੇ ਇਬਨ ਅਰਬੀ ਦੇ ਸਿਧਾਂਤ ਵਿੱਚ ਤਿੰਨ ਚੀਜ਼ਾਂ ਇਕੱਠੀਆਂ ਹੋਈਆਂ ਉਹਦੇ ਚ ਸਪੈਕੂਲੇਟਿਵ ਥਾਟ ਉਹਦੇ ਚ ਕ੍ਰੀਏਟਿਵ ਇਮੈਜੀਨੇਸ਼ਨ ਤੇ ਬੰਦਗੀ ਇਹ ਤਿੰਨ ਚੀਜ਼ਾਂ ਉਹਨਾਂ ਦੇ ਐਕਸਪੀਰੀਅੰਸ ਚ ਪੂਰੀ ਸਿਖਰ ਤੇ ਆ ਤੇ ਇਹਨਾਂ ਤਿੰਨਾਂ ਚੀਜ਼ਾਂ ਦਾ ਬੈਲੈਂਸ ਉਹਨਾਂ ਦੀ ਥਾਟ ਦੇ ਵਿੱਚ ਪਿਆ ਹੋਇਆ ਪਰ ਇਹਨਾਂ ਦੇ ਵਿੱਚ ਉਹ ਡਿਊਲੀਅਮ ਨਹੀਂ ਵਾਪਰਦਾ ਜਿਹੜਾ ਮੈਂ ਤੈਨੂੰ ਪਹਿਲਾਂ ਦੱਸ ਕੇ ਡੇ ਜਾ ਕੇ ਫਿਰ ਵਾਪਸ ਆਉਣਾ ਹੈ ਉਹ ਦੋਵੇਂ ਪਲ ਨੂੰ ਜਿਹੜਾ ਅੰਦਰ ਜੀਣਾ ਇਸ ਕਰਕੇ ਜਿਹੜੀ ਸ਼ਰ੍ਹਾ ਦੇ ਨਾਲ ਨਬੂਵਤ ਦੇ ਨਾਲ ਉਹਨਾਂ ਦੇ ਜਿਹੜੀਆਂ ਪ੍ਰੋਬਲਮਸ ਪੈਦਾ ਹੋ ਗਈਆਂ ਪਰ ਮੁਹੰਮਦ ਸਾਹਿਬ ਤਾਂ ਉਸੇ ਬਰਾਤ ਤੇ ਬੈਠ ਕੇ ਜਦੋਂ ਅੱਲਾ ਦੇ ਦਰ ਤੇ ਗਏ ਤਾਂ ਉੱਥੋਂ ਉਹਨਾਂ ਨੂੰ ਜਿਹੜੇ ਗਿਫਟ ਮਿਲੇ ਪੰਜ ਨਮਾਜ਼ਾਂ ਤੇ 30 ਰੋਜ਼ੇ ਉਹਨਾਂ ਨੂੰ ਗਿਫਟ ਮਿਲੇ ਭਾਵ ਮੁਹੰਮਦ ਦੀ ਜਿਹੜੀ ਫਲਾਈਟ ਹੈ ਉਹਦੇ ਵਿੱਚ ਨਬੂਵਤ ਸਿਖਰ ਹੈ ਗਿਫਟ ਹੈ ਪਰ ਜਿਹੜੀ ਇਬਨ ਅਰਬੀ ਦੀ ਫਲਾਈਟ ਹੈ ਉਹਦੇ ਚ ਨਬੂਵਤ ਜਿਹੜੀ ਹੈ ਉਹ ਛੋਟੇ ਸਟੇਟਸ ਤੇ ਆ ਸੀਲ ਆਫ ਦੀ ਪ੍ਰੋਫਿਟਸ ਬੁਲਾਇਆ ਉੱਪਰ ਮਤਲਬ ਇਹ ਕੰਟਰਡਿਕਸ਼ਨ ਉਹਦੇ ਵਿੱਚ ਪਰ ਉਹਦਾ ਇਬਨ ਅਰਬੀ ਦਾ ਕਸੂਰ ਪਤਾ ਕੀ ਲਫ਼ਜ਼ ਵਰਤਣਾ ਚਾਹੀਦਾ ਵੀ ਉਹ ਕੋਈ ਉਹਦੇ ਵਿੱਚ ਕਿਉਂਕਿ ਬਰਾਤ ਦਾ ਚਿਹਰਾ ਫੈਮਨਾਈਨ ਹੈ ਇਬਨ ਅਰਬੀ ਵੀ ਕੀ ਕਰੇ ਤੇ ਮੁਹੰਮਦ ਨੂੰ ਪਰਫਿਊਮ ਤੇ ਵੂਮਨ ਜਿਹੜੀ ਹੈ ਉਹਦੀਆਂ ਅੱਖਾਂ ਦੀ ਉਹ ਸੀਤਲਤਾ ਹੈ ਇਰਾਨ ਦੇ ਵਿੱਚ 3-4 ਸਾਲ ਦੇ ਵਿੱਚ ਪੜ੍ਹਾਈ ਜਾਂਦੀ ਹੈ 100-125 ਸਫ਼ੇ ਦੀ ਕਿਤਾਬ ਆ ਤੇ ਇਹ ਚੀਜ਼ ਉਹਨਾਂ ਦੇ ਹੋਈ ਤੇ ਪਰ ਉਹਨਾਂ ਨੇ ਨਾਲ ਨਾਲ ਚੱਲਦਾ ਰਿਹਾ ਫਿਰ ਉਹਨਾਂ ਨੇ ਇੱਕ ਕੰਸੈਪਟ ਪੈਦਾ ਕੀਤਾ ਪਰਛਾਵੇਂ ਦਾ ਕਿ ਇਹ ਜਗਤ ਜਿਹੜਾ ਆ ਉਹ ਪਰਛਾਵਾਂ ਆ ਪਰ ਉਹਨਾਂ ਨੇ ਕਿਹਾ ਕਿ ਪਰਛਾਵੇਂ ਦਾ ਵੀ ਤੇ ਅੱਲਾ ਦੇ ਨਾਲ ਕੋਈ ਰਿਲੇਸ਼ਨ ਹੁੰਦਾ ਹੈ ਇਹਦਾ ਮਤਲਬ ਪਰਛਾਵਾਂ ਵੀ ਪੂਰੀ ਡੁਐਲਿਟੀ ਨਹੀਂ ਹੈ ਪਰਛਾਵਾਂ ਵੀ ਤੇ ਅੱਲਾ ਦਾ ਹੀ ਹੋਏਗਾ ਜੇ ਜਗਤ ਪਰਛਾਵਾਂ ਫਿਰ ਉਹਨਾਂ ਨੇ ਜਿਹੜੀ ਦੂਜੀ ਸਟੇਜ ਜਿਹੜੀ ਉਹਨਾਂ ਦੇ ਉੱਤੇ ਜ਼ਿਲ ਦੀ ਵਾਪਰੀ ਕਿ ਇਹ ਜਿਹੜਾ ਜਗਤ ਹੈ ਇਹ ਉਹਦਾ ਪਰਛਾਵਾਂ ਪਰ ਉਹਨਾਂ ਕੋਲ ਪਰਛਾਵੇਂ ਦੇ ਵਿੱਚ ਜਿਹੜਾ ਹਲੂਲੀਅਤ ਦਾ ਤੱਤ ਪਿਆ ਸੀ ਉਹ ਉਹਨਾਂ ਕੋਲ ਛੁੱਟ ਨਹੀਂ ਸੀ ਰਿਹਾ ਕਿਉਂਕਿ ਇੱਕ ਐਕਸਪੀਰੀਅੰਸ ਕਰਕੇ ਇੱਕ ਉਹਨਾਂ ਦਾ ਫੇਥ ਵੀ ਉਹਦੇ ਵਿੱਚ ਸੀ ਤੇ ਉਹਨਾਂ ਦੀ ਜਿਹੜੀ ਜਰਨੀ ਸੀ ਉਹਦੇ ਵਿੱਚ ਪੇਨ ਸੀ ਉਹਨਾਂ ਦਾ ਵਿਸ਼ਵਾਸ ਮੁਹੰਮਦ ਦੀ ਨਵਾਜ਼ ਨੂੰ ਛੱਡਣ ਨੂੰ ਨਹੀਂ ਸੀ ਕਰਦਾ ਫਿਕਰ ਨੂੰ ਪਰ ਐਕਸਪੀਰੀਅੰਸ ਛੁੜਾ ਰਿਹਾ ਸੀ ਇਸ ਪੇਨ ਦੇ ਵਿੱਚ ਜਿਹੜਾ ਇਹਨਾਂ ਸ਼ੈਖ ਸਰਹੰਦੀ ਰਹੇ ਤੇ ਅਖੀਰ ਦੇ ਵਿੱਚ ਉਹਨਾਂ ਨੇ ਫਿਰ ਇੱਕ ਸਿਧਾਂਤ ਪੈਦਾ ਕੀਤਾ ਅਬੂਦੀਅਤ ਦਾ ਸਮਾਜ ਦੇ ਲਈ ਜਗਤ ਦੇ ਲਈ ਜਿਹੜੀ ਕੰਸੈਪਸ਼ਨ ਕੀਤੀ ਉਹਨੇ ਕੋਸਮੋਲੋਜੀ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਜ਼ਿਲੀਅਤ ਦਾ ਸਿਧਾਂਤ ਪੈਦਾ ਕੀਤਾ ਜ਼ਿਲੀਅਤ ਦਾ ਸਿਧਾਂਤ ਜਿਹੜਾ ਆ ਉਹ ਮਿਰਰ ਦੀ ਐਗਜ਼ਾਮਪਲ ਦੇ ਨਾਲ ਸਮਝਾਉਂਦੇ ਆ ਕਿ ਜਿਹੜਾ ਜਗਤ ਆ ਇਹ ਉਹਦਾ ਮਿਰਰ ਦੇ ਵਿੱਚ ਪਿਆ ਪਰਛਾਵਾਂ ਆ ਤੇ ਪਰਛਾਵਾਂ ਐਗਜ਼ਿਸਟ ਕਰਦਾ ਹੈ ਇਸ ਕਰਕੇ ਇਹ ਸੱਚ ਵੀ ਹੈ ਪਰ ਰੱਬ ਤੋਂ ਵੱਖਰਾ ਵੀ ਹੈ ਇਸ ਸਿਧਾਂਤ ਦੇ ਵਿੱਚ ਉਹਨਾਂ ਨੇ ਆਪਣੀ ਕੋਸਮੋਲੋਜੀ ਜ਼ਿਲੀਅਤ ਦੇ ਵਿੱਚ ਕਢੀ ਇਹ ਕਾਫੀ ਇੰਪੋਰਟੈਂਟ ਕਨਸੈਪਟ ਆ ਤੇ ਬੜਾ ਕੰਪਲੈਕਸ ਆ ਇੱਥੇ ਟਾਈਮ ਨਹੀਂ ਅਗਲੀ ਵੱਖਰੀ ਪੂਰੀ ਡਿਟੇਲ ਚਾਹੀਦੀ ਹੈ ਇਬਨ ਅਰਬੀ ਦੇ ਵਿੱਚ ਚਿਤਕਨੇ ਕੋਸਮੋਲੋਜੀ ਦਾ ਪੂਰਾ ਉੱਤੇ ਡਿਟੇਲ ਦਿੱਤੀ ਹੈ ਉਹਨਾਂ ਦੀ ਇਬਨ ਅਰਬੀ ਦੀ ਦੂਜੀ ਕਿਤਾਬ ਜਿਹੜੀ ਮਸ਼ਹੂਰ ਆ ਉਹ ਹੈਗੀ ਆ ਫਤੂਹਾਤ ਮੱਕੀਆ ਮੱਕਨ ਫਲੈਸ਼ਿਸ ਜਿਹੜੀਆਂ
ਬਹੁਤ ਜ਼ਿਆਦਾ ਟੈਰੀਬਲ ਕਿਤਾਬ ਆ ਤੇ ਉਹਦੇ ਉੱਤੇ ਬਹੁਤ ਜ਼ਿਆਦਾ ਕੰਟਰੋਵਰਸੀ ਆ ਤੇ ਇਸਲਾਮ ਦੀ ਪ੍ਰੇਅਰ ਨੂੰ ਉਹ ਪਾਲਦੀ ਵੀ ਆ ਤੇ ਜਿਹੜੀ ਫਿਕਾ ਦੀ ਟ੍ਰੈਡੀਸ਼ਨ ਉਹਨੂੰ ਡਿਸਟਰਬ ਵੀ ਬਹੁਤ ਜ਼ਿਆਦਾ ਕਰਦੀ ਆ ਤੇ ਉਹਦੇ ਬਾਰੇ ਬਹੁਤ ਜ਼ਿਆਦਾ ਉਹਦੇ ਸਖ਼ਤ ਕਮੈਂਟ ਜਿਹੜੇ ਆ ਉਹ ਇਸਲਾਮ ਦੇ ਵਿੱਚ ਮਿਲਦੇ ਆ ਪਰ ਉਹਦੇ ਵਿੱਚ ਓਰਿਜਨਲ ਵੀ ਆ ਫਲੈਸ਼ਸ ਜਿਹੜੀਆਂ ਹੁਣ ਜਿਹੜਾ ਮੈਂ ਆਪਣਾ ਪੇਪਰ ਦਾ ਅਖੀਰ ਮੇਰਾ ਇਹ ਆ ਕਿ ਜਿਹੜੀ ਸ਼ਬਦ ਦੇ ਵਿੱਚੋਂ ਜਾਗੀ ਪੁਨਰ ਵਿਆਖਿਆ ਦੀ ਡਿਮੈਂਸ਼ਨ ਆ ਉਹਨੂੰ ਐਕਸਪੀਰੀਐਂਸ਼ੀਅਲ ਫਿਲਾਸਫੀ ਦੀ ਕੰਸਟਰਕਸ਼ਨ ਦੇ ਨੁਕਤੇ ਤੋਂ ਇਸ ਐਕਸਪੀਰੀਅੰਸ ਦੀ ਜਿਹੜੇ ਤਣਾਅ ਆ ਉਹਨਾਂ ਦੇ ਵਿੱਚੋਂ ਪੁਜੀਸ਼ਨ ਲੈਣੀ ਚਾਹੀਦੀ ਆ ਤੇ ਸ਼ੇਖ ਅਹਿਮਦ ਸਰਹੰਦੀ ਦੀ ਜਿਹੜੀ ਡਿਮੈਂਸ਼ਨ ਆ ਉਹਦੇ ਵਿੱਚ ਜਿਹੜੀਆਂ ਸ਼ਰ੍ਹਾਂ ਦੇ ਯਹੂਦੀ ਪ੍ਰਭਾਵਾਂ ਦੀਆਂ ਵਿਆਖਿਆਵਾਂ ਜਦੋਂ ਮੌਲਾਨਾ ਆਜ਼ਾਦ ਪੇਪਰ ਪੜ੍ਹਿਆ ਜਾਂਦਾ ਉਹ ਪੇਸ਼ ਕਰਦੇ ਆ ਉਹਦੇ ਵਿੱਚ ਇਬਨ ਅਰਬੀ ਉਹਦੀ ਸੋਲ ਦੀ ਯੂਨੀਅਨ ਦੀ ਡਿਮੈਂਸ਼ਨ ਨੂੰ ਲੈ ਕੇ ਆਉਂਦਾ ਪਰ ਉਹਦੇ ਨਾਲ ਸ਼ਰ੍ਹਾਂ ਦੇ ਉੱਤੇ ਜਿਹੜੀ ਜ਼ਰਬ ਆਉਂਦੀ ਆ ਉਹਦੇ ਨਾਲ ਪ੍ਰੋਫਿਟ ਦੇ ਲਵ ਦੇ ਉੱਤੇ ਜਿਹੜੀ ਜ਼ਰਬ ਆਉਂਦੀ ਆ ਉਹਦਾ ਦਰਦ ਸ਼ੇਖ ਸਰਹੰਦੀ ਸਰਹੰਦਾ ਸਿੰਘਾ ਹੋਇਆ ਆਪਣੇ ਫਲਸਫੇ ਨੂੰ ਉਹਨਾਂ ਨੇ 40 ਸਾਲ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਮਿਸਟੇਕ ਐਕਸਪੀਰੀਅੰਸ ਹੋ ਗਿਆ ਇਸ ਕਰਕੇ ਉਹਦੀ ਵੱਡੀ ਪ੍ਰਾਪਤੀ ਹੈ ਕਿ ਉਹਨੂੰ ਕਸ਼ਫ ਦੇ ਰਾਹੀਂ ਉਹਨੇ ਐਨਾਲਿਸਿਸ ਕੀਤਾ ਫਿਰ ਉਹਨੇ ਦੱਸਿਆ ਕਿ ਜਿਹੜੀ ਹਲੂਲੀਅਤ ਹੈ ਇਹ ਵਹਿਤਨ ਵਜੂਦ ਨਹੀਂ ਹੈ ਯੂਨਿਟੀ ਆਫ ਬੀਂਗ ਨਹੀਂ ਹੈ ਇਹ ਅਸਲ ਦੇ ਵਿੱਚ ਮਿਸਟਿਕ ਨੂੰ ਵੱਡੀ ਅਵਸਥਾ ਦੇ ਵਿੱਚ ਜਾ ਕੇ ਲੰਘਦਾ ਹੈ ਇਹਦੇ ਵਿੱਚ ਉਹਦਾ ਸਿਧਾਂਤ ਲੰਘਦਾ ਹੈ ਜੋ ਉਹਦਾ ਸਿਧਾਂਤ ਨਿਕਲਿਆ ਇਹ ਕਹਿੰਦਾ ਯੂਨਿਟੀ ਆਫ ਵਿਜ਼ਨ ਹੈ ਉਹਦੇ ਵਿਜ਼ਨ ਦੇ ਵਿੱਚ ਯੂਨਿਟੀ ਵਾਪਰਦੀ ਉਹਨੂੰ ਲੱਗਦਾ ਹੈ ਕਿ ਜਗਤ ਤੇ ਪਰਮਾਤਮਾ ਇੱਕ ਹੈ ਫਿਰ ਇਸ ਤੋਂ ਅੱਗੇ ਵੀ ਇੱਕ ਅਵਸਥਾ ਹੈ ਜਿਹਨੂੰ ਉਹਨੇ ਕਿਹਾ ਫਰਕ ਬਾਅਦ ਅਲ ਜਮਾ ਜਮਾ ਤੋਂ ਬਾਅਦ ਦਾ ਫਰਕ ਵੀ ਹੈ ਉਹਨੇ ਇਹ ਪੇਸ਼ ਕੀਤਾ ਉਹ ਫਰਕ ਦੇ ਵਿੱਚ ਕਹਿੰਦਾ ਯਾਰ ਕਿ ਪ੍ਰੋਫਿਟ ਉਸ ਡੁਐਲਿਟੀ ਦੇ ਐਕਸਪੀਰੀਅੰਸ ਨੂੰ ਸਾਹਮਣੇ ਰੱਖ ਕੇ ਰੈਵੀਲੇਸ਼ਨ ਨੂੰ ਉਤਾਰਦੇ ਹੋਏ ਸ਼ਰੀਅਤ ਪੈਦਾ ਕਰਦੇ ਇਹ ਹਲੂਲੀਅਤ ਦੇ ਵਿੱਚੋਂ ਦੀ ਨਹੀਂ ਪੈਦਾ ਕਰਦੇ ਇਸ ਕਰਕੇ ਕਹਿੰਦਾ ਪ੍ਰੋਫਿਟ ਦਾ ਜਿਹੜਾ ਸਬਕ ਆ ਉਹ ਡੁਐਲਿਟੀ ਦੇ ਵਿੱਚੋਂ ਦੀ ਪੈਦਾ ਹੋਇਆ ਸਬਕ ਆ ਇਸੇ ਕਰਕੇ ਜਿਹੜਾ ਆਪਾਂ ਇਹਨੂੰ ਸਿੱਖ ਸਿਧਾਂਤ ਦੇ ਵਿੱਚ ਸਰਦਾਰ ਹਿਮਨ ਸਿੰਘ ਹੋਣਾ ਨੇ ਬੜਾ ਜ਼ਬਰਦਸਤ ਕਿਹਾ ਉਹਨਾਂ ਨੇ ਕਿਹਾ ਲਿਵ ਤੇ ਸੁਰਤ ਇੱਕ ਉਹਨਾਂ ਨੇ ਕਿਹਾ ਸ਼ਬਦ ਸੁਰਤ ਤੇ ਲਿਵ ਇਹ ਨਾਮ ਰਸ ਅੰਮ੍ਰਿਤ ਜਿਹੜੀ ਨਾਮ ਆ ਨਾਮ ਮੈਟਰ ਦੇ ਨਾਲ ਕਨੈਕਟਡ ਚੀਜ਼ ਆ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਭਾਵ ਨਾਮ ਰਸਿਕਤਾ ਜਿਹੜੀ ਡਿਵੋਸ਼ਨਲ ਡਿਮੈਂਸ਼ਨ ਮਿਸਟਿਕ ਡਿਮੈਂਸ਼ਨ ਦਾ ਰਸ ਨਰਾਲੋਜੀ ਦੇ ਉੱਤੇ ਇਮੈਜੀਨੇਸ਼ਨ ਦੇ ਉੱਤੇ ਵਾਰਿਤ ਕਰਦੀ ਹੈ ਪਰ ਜਿਹੜੀ ਐਕਸਪੀਰੀਐਂਸ਼ੀਅਲ ਫਿਲਾਸਫੀ ਹੈ ਸ਼ਬਦ ਦੀ ਫਿਲਾਸਫੀ ਹੈ ਉਹਦੇ ਵਿਚਕਾਰ ਡੈਥ ਵੀ ਵਾਪਰਦੀ ਹੈ ਨਰਾਲੋਜੀ ਡੈਥ ਇੱਕ ਫੈਕਟ ਆ ਜਿਵੇਂ ਹੱਥ ਮੇਰਾ ਇੱਕ ਸਿੱਧਾ ਆਰਗਨ ਹੈ ਐਂਡ ਡੈਥ ਵੀ ਮੇਰਾ ਆਰਗਨ ਹੈ ਡੈਥ ਇੱਕ ਮੇਰੀ ਰਿਐਲਿਟੀ ਹੈ ਜਗਤ ਦੀ ਰਿਐਲਿਟੀ ਹੈ ਡੈਥ ਇੱਕ ਵਸਤੂ ਹੈ ਡੈਥ ਇਹਨੂੰ ਵਿੱਚ ਕਾਊਂਟ ਕਰਨਾ ਜ਼ਰੂਰੀ ਹੈ ਇਸ ਕਰਕੇ ਨਾਮ ਰਸ ਅੰਮ੍ਰਿਤ ਜਦੋਂ ਡੈਥ ਦੇ ਰਿਲੇਸ਼ਨ ਦੇ ਵਿੱਚੋਂ ਨਹੀਂ ਆਉਂਦਾ ਤਾਂ ਆਪਣੀ ਨਰਾਲੋਜੀ ਤੇ ਆਪਣੀ ਸਾਈਕੋਲੋਜੀ ਤੋਂ ਮੁਕਤ ਹੋ ਜਾਂਦਾ ਤੇ ਜੋ ਹੈ ਉਸਦੇ ਕੁੱਲ ਵਰਤਾਰੇ ਦੇ ਦਰਸ਼ਨ ਵਿੱਚ ਲੀਨ ਹੁੰਦਾ ਉਹਦੇ ਚੋਂ ਸ਼ਬਦ ਨਿਕਲਦਾ ਉਹਦੇ ਚੋਂ ਸ਼ਬਦ ਸੁਰਤ ਨਿਕਲਦੀ ਹੈ ਸੁਰਤ ਸ਼ਬਦ ਨਹੀਂ ਸੁਰਤ ਸ਼ਬਦ ਹਿੰਮਤ ਸਿੰਘ ਮੁਤਾਬਕ ਬ੍ਰਹਮ ਦਾ ਸਿਧਾਂਤ ਹੈ ਪਾਰ ਬ੍ਰਹਮ ਦਾ ਨਹੀਂ ਹੈ ਇਸ ਕਰਕੇ ਜੋ ਹੈ ਮੇਰੇ ਨਾ ਹੋਣ ਦੇ ਬਾਵਜੂਦ ਜੋ ਹੈ ਪ੍ਰੋਫਿਟ ਉਸ ਡੁਐਲਿਟੀ ਦੇ ਉੱਤੇ ਖੜਦਾ ਉਹਦੇ ਵਿੱਚੋਂ ਦੀ ਉਹ ਆਪਣੀ ਸਕ੍ਰਿਪਚਰ ਉਤਾਰਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਰਾਗ ਚ ਹੈ ਇਸ ਕਰਕੇ ਸਿੱਖੀ ਦੇ ਵਿੱਚ ਸੰਤ ਮਤ ਪੈਦਾ ਨਹੀਂ ਹੋਏਗਾ ਜਿਹੜਾ ਮਰਿਆਦਾ ਨਾਲ ਟਕਰਾਏਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਰਾਗ ਚ ਹੈ ਤੇ ਰਾਗ ਨੂੰ ਹੀ ਮਿਸਟਿਕ ਐਕਸਪੀਰੀਅੰਸ ਹਾਈਜੈਕ ਕਰਦਾ ਸ਼ਰ੍ਹਾਂ ਤੋਂ ਇਸਲਾਮਿਕ ਫਿਲਾਸੋਫਿਕਲ ਡਿਮੈਂਸ਼ਨ ਦੇ ਕੋਲ ਰਾਗ ਨਹੀਂ ਹੈ ਮਿਊਜ਼ਿਕ ਨਹੀਂ ਹੈ ਰਸ ਨਹੀਂ ਹੈ ਐਥਿਕਸ ਹੈ ਪਾਵਰਫੁੱਲ ਆ ਥਿਓਲੋਜੀ ਹੈ ਬੜੀ ਪਾਵਰਫੁੱਲ ਆ ਤੇ ਟ੍ਰਾਈਬ ਨੂੰ ਕੰਟਰੋਲ ਕਰਨ ਦੀ ਸਾਈਕੋਲੋਜੀ ਬਹੁਤ ਪਾਵਰਫੁੱਲ ਆ ਤੇ ਮੈਟਰ ਦੇ ਨਾਲ ਉਹਦਾ ਰਿਲੇਸ਼ਨ ਬਹੁਤ ਜ਼ਿਆਦਾ ਪਾਵਰਫੁੱਲ ਆ ਇਸ ਕਰਕੇ ਉਹਦੀ ਅਜ਼ਾਨ ਦੇ ਵਿੱਚ ਸ਼ੂਨਿਆਂ ਦੇ ਅੰਦਰਲਾ ਪਸਾਰ ਬੋਲਦਾ ਆ ਉਹਦੇ ਐਕਸਪੀਰੀਅੰਸ ਦੇ ਵਿੱਚ ਤੇ ਮਸਜਿਦਾਂ ਦੀ ਜਿਹੜੀ ਅੰਦਰ ਜਿਹੜਾ ਸਟਰਕਚਰ ਆ ਮਸਜਿਦਾਂ ਦੇ ਉਹਨਾਂ ਦੇ ਵਿੱਚ ਡੈਸਰਟ ਦੀ ਸੁਣ ਬੋਲਦੀ ਆ ਤੇ ਉਹਦੇ ਚ ਜਦੋਂ ਅਜ਼ਾਨ ਜਾਗਦੀ ਆ ਤੇ ਬੰਦੇ ਦੀ ਜਿਹੜੀ ਨਰਾਲੋਜੀ ਦੇ ਐਕਸਪੀਰੀਅੰਸ ਆ ਉਹਦੇ ਅੰਦਰ ਡੈਥ ਤੇ ਸਾਇਲੈਂਸ ਤੇ ਇੱਕ
ਫੀਅਰ ਦੇ ਨਾਲ ਆਇਆ ਹੋਇਆ ਡਿਟੈਚਮੈਂਟ ਐਸੈਟਿਕ ਡਿਮੈਂਸ਼ਨ ਜਿਹੜੀ ਆ ਉਹ ਕਿੱਥੇ ਪੈਦਾ ਹੋ ਜਾਂਦੀ ਹੈ। ਪਰ ਜਿਹੜਾ ਰਾਗ ਹੈ ਮਿਸਟਿਕ ਐਕਸਪੀਰੀਅੰਸ ਇਸ ਸੁਣ ਨੂੰ ਆਪਣੇ ਮਿਊਜ਼ਿਕ ਦੇ ਜ਼ੋਰ ਨਾਲ ਜਿੱਤਦਾ। ਇਸੇ ਕਰਕੇ ਸੂਫੀ ਕੋਲ ਐਕਸਟੈਸੀ ਮਿਊਜ਼ਿਕ ਤੇ ਸੂਫੀ ਲਿਟਰੇਚਰ ਚ ਬਹੁਤ ਪ੍ਰਭਾਵਸ਼ਾਲੀ ਕੰਮ ਕਰਦਾ ਤੇ ਉਹਨੇ ਕੀਤਾ। ਪਰ ਗੁਰੂ ਗ੍ਰੰਥ ਸਾਹਿਬ ਦਾ ਰਾਗ ਸੂਫੀ ਮਿਸਟਿਕ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਸੂਫੀ ਮਿਸਟਿਕ ਐਕਸਪੀਰੀਅੰਸ ਦੇ ਵਿੱਚ ਕੁਆਰਾ ਫੇਸ ਪਿਆ ਹੋਇਆ। ਇਸੇ ਕਰਕੇ ਕੁਆਲੀ ਦੀ ਚਾਲ ਚੰਚਲ ਹੈ, ਗੁਰਬਾਣੀ ਸਹਿਜ ਚ ਹੈ। ਸਹਿਜ ਕਿੱਥੋਂ ਹੁੰਦਾ? ਜਦੋਂ ਉਹ ਡੈਥ ਦਾ ਐਕਸਪੀਰੀਅੰਸ ਵਿੱਚ ਹੋਵੇ, ਉਹਦੇ ਚ ਅਸੈਟਿਕ ਡਿਮੈਂਸ਼ਨ ਵੀ ਨਾਲ ਹੋਵੇ, ਰਸਿਕ ਬੈਰਾਗੀ, ਉਹ ਇਸ ਦੋਹਰੇ ਨਿਯਮ ਦੇ ਵਿੱਚ ਚੱਲਦਾ। ਅਕਹਿਰਾ ਰਸਿਕ ਨਹੀਂ ਹੈ, ਬੈਰਾਗੀ ਨਹੀਂ ਹੈ, ਉਹ ਰਸਿਕ ਬੈਰਾਗੀ ਹੈ, ਉਹਦੇ ਦੋਹਰੇ ਡਿਮੈਂਸ਼ਨ ਆ। ਇਸ ਕਰਕੇ ਜਿਹੜਾ ਸ਼ਬਦ ਦਾ ਰਾਗ ਦਾ ਐਕਸਪੀਰੀਅੰਸ ਆ, ਰਾਗ ਦੇ ਵਿੱਚ ਹੀ ਖਾਲਸੇ ਦੇ ਪ੍ਰਗਟ ਹੋਣ ਦਾ ਚਿੰਨ ਇਹ ਤੁਸੀਂ ਸਾਰੇ ਜਦੋਂ ਤੁਹਾਨੂੰ ਟ੍ਰਾਂਸਪੇਰੈਂਸੀ ਸਮਝ ਆ ਜਾਣਗੀਆਂ, ਫਿਰ ਗੁਰੂ ਕਹਿਣ ਦੇ ਨਾਲ ਹੀ ਸਾਰੀ ਸਿੱਖੀ ਸਮਝ ਆ ਜਾਓ, ਸਾਰੇ ਰਿਲੀਜਨ ਸਮਝ ਆ ਜਾਣਗੇ। ਕੋਈ ਬਹੁਤਾ ਨੀ ਫਿਰ ਫਰਕ ਰਹਿੰਦਾ, ਉਹ ਫਿਰ ਪੜ੍ਹਾਈ ਪੜ੍ਹਾਈ ਜਿਹੜੀ ਪਿੱਛੇ ਰਹਿੰਦੀ ਉਹਨੂੰ ਪਹੁੰਚ ਹੀ ਕਲੀਅਰ ਹੋਣ ਲੱਗ ਪੈਂਦੇ ਸਾਰੇ ਸਟਰਕਚਰ। ਇਸਲਾਮ ਦਾ ਇੱਕ ਅਲਿਫ, ਬੁੱਧ ਦੀ ਸ਼ੂਨਿਆ, ਇੰਡੀਅਨ ਟ੍ਰੈਡੀਸ਼ਨ ਦਾ ਬ੍ਰਹਮ ਜਾਂ ਨੇਚਰ ਮਿਸਟਿਸਿਜ਼ਮ ਤੋਂ ਜਾਗਿਆ ਦੇਵਤਾਵਾਦ, ਇਹ ਸਾਰੇ ਇਕੱਠੇ ਦਿਖਣ ਲੱਗ ਪਏ। ਸੋਸ਼ਲ ਸਾਈਕੋਲੋਜੀ ਦੇ ਪ੍ਰੋਸੈਸਾਂ ਦੀ ਸ਼ਰਮ ਜਿੱਥੇ ਚੱਲਦੇ ਆ, ਈਵਲ ਦੀ ਕੀ ਚੀਜ਼, ਇਕੱਠਾ ਇੱਕ ਯੂਨੀਅਨ ਚ ਦਿਸਦਾ ਐਕਸਪੀਰੀਐਂਸ਼ੀਅਲ ਫਿਲਾਸਫੀ ਦੇ ਵਿੱਚ। ਤੇ ਇਹਦੇ ਵਿੱਚ ਉਹਦੀਆਂ ਪੋਜੀਸ਼ਨ ਜਿਹੜੀਆਂ, ਇੰਜ ਦੀ ਪੋਜੀਸ਼ਨ ਲਈ ਜਾ ਸਕਦੀ ਕਿ ਸਿੱਖ ਇੱਕ ਰੱਬ ਨੂੰ ਮੰਨਦੇ ਹਨ, ਦੇਵਤਾਵਾਦ ਗਲਤ ਹੈ, ਇਹ ਬਹੁਤ ਕੱਚੀ ਪੋਜੀਸ਼ਨ ਹੈ, ਇਹ ਸਿੱਖ ਐਕਸਪੀਰੀਐਂਸ਼ੀਅਲ ਫਿਲਾਸਫੀ ਦੀ ਪੋਜੀਸ਼ਨ ਨਹੀਂ ਹੈ। ਇਸ ਕਰਕੇ ਮੇਰਾ ਲੈਕਚਰ ਇੰਨਾ ਕੀ ਆ, ਮੈਂ ਟੈਕਨੀਕਲੀ ਪੇਪਰ ਨਹੀਂ ਪੜਿਆ, ਮੈਨੂੰ ਲੱਗਦਾ ਸੀਗਾ ਕਿ ਅਸੀਂ ਪੁਨਰ ਸਮੀਖਿਆ ਨੂੰ ਮੈਂ ਜ਼ਰੂਰ ਦੱਸਾਂ, ਫਿਰ ਮੈਂ ਆਪਣੇ ਪੇਪਰ ਦੇ ਬਹਾਨੇ ਦੱਸਿਆ। ਟੈਕਨੀਕਲੀ ਮੈਂ ਬਹੁਤ ਸਾਰੀਆਂ ਚੀਜ਼ਾਂ ਛੱਡਦੀਆਂ ਆ, ਉਹਦੀ ਸਪਿਰਿਟ ਦਾ ਜਿਹੜਾ ਪਸਾਰਾ ਆ ਮੈਂ ਉਹਦੇ ਵੱਲ ਤੁਹਾਡਾ ਧਿਆਨ ਦੇਵਾਂ ਦੀ ਇੱਕ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਮੈਂ ਸ਼ਾਇਦ ਕੁਝ ਤੁਹਾਡੇ ਚਰਨਾਂ 'ਚ ਰੱਖ ਸਕਾਂ। ਧੰਨਵਾਦ।